ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਦੀਪ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਕਬੱਡੀ365.com 'ਤੇ। ਦੋਸਤੋ, ਜਿਨ੍ਹਾਂ ਮੇਰੇ ਦੋਸਤਾਂ ਨੇ ਅਜੇ ਤੱਕ ਸਾਡੇ ਇਸ ਯੂਟਿਊਬ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਨੂੰ ਬੇਨਤੀ ਹੈ ਕਿ ਇਸ ਲਾਲ ਬਟਨ 'ਤੇ ਕਲਿੱਕ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਨਾਲ ਹੀ ਉਸ ਤੋਂ ਬਾਅਦ ਆਉਣ ਵਾਲਾ ਘੰਟੀ ਦਾ ਬਟਨ ਵੀ ਕਲਿੱਕ ਜ਼ਰੂਰ ਕਰਨਾ, ਤਾਂ ਕਿ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਬੈਸਟ ਮੈਚ। ਦੋਸਤੋ, ਅੱਜ ਦਾ ਜਿਹੜਾ ਇਹ ਬੈਸਟ ਮੈਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਇਹ ਸਾਰੀ ਦੇ ਕਬੱਡੀ ਟੂਰਨਾਮੈਂਟ 'ਤੇ ਕਰਵਾਇਆ ਗਿਆ, ਜਿੱਥੇ ਕਿ ਪੰਜਾਬ ਅਕੈਡਮੀ ਐਸੋਸੀਏਸ਼ਨ ਦਾ ਕੱਪ ਸੀ। ਇੱਕ ਪਾਸੇ ਖੇਡ ਰਹੀ ਸੀ NRI ਕਬੱਡੀ ਕਲੱਬ ਨਕੋਦਰ ਔਰ ਦੂਸਰੇ ਪਾਸੇ ਸੀ ਸੁਖਚੈਨ ਰਾਣਾ ਫਗਵਾੜਾ ਦੀ ਟੀਮ। ਦੋਸਤੋ, ਇਹ ਬਹੁਤ ਹੀ ਵਧੀਆ ਟੀਮਾਂ ਨੇ ਔਰ ਦੋਨੋਂ ਟੀਮਾਂ ਦੇ ਵਿੱਚ ਬਹੁਤ ਹੀ ਵਧੀਆ ਖਿਡਾਰੀ ਖੇਡਦੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਮੈਚ ਦੇ ਦੌਰਾਨ ਰਾਜੂ ਕੋਟਲਾ ਪੜੀ ਅਤੇ ਏਕ ਮਠੂਰ ਦਾ ਪ੍ਰਦਰਸ਼ਨ ਦੇਖਣ ਯੋਗ ਹੈ। ਤੁਸੀਂ ਇਸ ਮੈਚ ਨੂੰ ਇੰਜੋਏ ਕਰੋ ਔਰ ਜੇਕਰ ਇਹ ਮੈਚ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਇਸ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਨਾਲੇ ਕਮੈਂਟ ਬਾਕਸ 'ਚ ਇਹ ਜ਼ਰੂਰ ਦੱਸਣਾ ਹੈ ਕਿ ਕਿਹੜਾ ਫੇਵਰਟ ਖਿਡਾਰੀ ਹੈ ਤੁਹਾਡਾ ਜਿਹੜਾ ਇਸ ਮੈਚ ਦੇ ਵਿੱਚ ਖੇਡ ਰਿਹਾ। ਆਓ ਇੰਜੋਏ ਕਰਦੇ ਹਾਂ ਇਸ ਮੈਚ ਨੂੰ। ਕਿ ਫੈਸਲੇ ਅਧੂਰੇ ਜਿੱਤ ਦੇ ਨਾ ਰਹਿਣਗੇ, ਫਾਈਨਲ ਮੈਚ ਹੈ ਮਿੱਤਰੋ, ਪੜਾਕੇ ਪੈਣਗੇ, ਮਾਰਦੇ ਨੇ ਡੰਗ ਗਡੋਏ ਜਾਂ ਮਲੱਪ ਪਈ, ਨਿਤਰਨਗੇ ਨਾਗਾ ਚੋਂ ਖੜੱਪੇ ਸੱਪ ਪਈ, ਲੱਗੇ ਆਉਣੇ ਬਾਲਾ ਜੋਧਾ ਸੱਚ ਕਹਿ ਗਿਆ, ਅੱਜ ਦੇਖਾਂਗੇ ਕਬੱਡੀ ਕੱਪ ਕੌਣ ਲੈ ਗਿਆ, ਅੱਜ ਦੇਖਾਂਗੇ ਕਬੱਡੀ ਕੱਪ ਕੌਣ ਲੈ ਗਿਆ। ਐਨ ਕਹਿੰਦੇ ਵੀ ਸਿਰਾ ਹੋਣਾ ਖੇਡ ਮੈਦਾਨ ਦੇ ਵਿੱਚ, ਬੱਲੇ ਬੱਲੇ ਹੋਣੀ ਆ ਖੇਡ ਮੈਦਾਨ ਦੇ ਵਿੱਚ, ਰੂਬਲ ਹੋਣਾ ਦੇ ਭਾਗ ਭਾਗੂ ਹੋਣਾ ਦੇ ਸਿਵੇਂ ਹੋਣਾ ਦੇ ਯਾਰ ਵੀ ਪੁੱਜੇ ਆ, ਉਹਨਾਂ ਦਾ ਵੀ ਧੰਨਵਾਦ ਹੈ, ਮਹਾਂਪੁਰਸ਼ਾਂ ਦੀ ਧਰਤੀ ਦੇ ਰੌਣਕ ਹੈ। ਪਹਿਲੀ ਕਬੱਡੀ ਅਮਰੀਕ ਸਿੰਘ ਕਰੀ ਗੱਲ, ਕਹਿੰਦੇ ਉੱਤੋਂ ਵਾਲੀ ਇਹਨੇ ਧਰਤੀ ਦੇ ਐਨ ਕਲੀ ਚੱਕ ਕੇ ਹੱਥਾਂ ਦੇ ਵਿੱਚ ਫੜ ਲਈ ਵੀ ਕਿਤੇ ਬੋਪਾ ਰਾਏ ਵਾਲੇ ਮਦਨ ਗੋਪਾਲ ਨੂੰ ਭੁਲੇਖਾ ਨਾ ਪੈ ਜੇ। ਮੇਰੇ ਮਿੱਤਰੋ, ਜਤਿੰਦਰ ਜੌਲ ਹੋਣਿਆ ਵੀ ਖੇਡ ਕਲੱਬ, ਚੱਕਾਂ ਦੇ ਕਹਿੰਦੇ ਸੁੱਖੇ ਹੋਣਿਆ ਵੀ ਖੇਡ ਕਲੱਬ ਮੇਰੇ ਮਿੱਤਰੋ, ਤੇ ਦੂਜੇ ਪਾਸੇ ਸੁਰਿੰਦਰ ਮਾਣਕ ਜੈਲੇ ਹੁਣੀ ਲਾਲੇ ਹੋਣਿਆ ਵੀ ਕਹਿੰਦੇ ਖੇਡ ਕਲੱਬ ਮੇਰੇ ਮਿੱਤਰੋ। ਉਹ ਪਹਿਲੀ ਕਬੱਡੀ ਦੇ ਕਹਿੰਦੇ ਭੱਲੇ 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 ਭੱਲੇ, ਉਧਰ ਫਗਵਾੜੇ ਦੀ ਟੀਮ ਤੇ ਕਹਿੰਦੇ ਪੜਿੰਗ ਵੱਲ ਪੈ ਗਿਆ, ਉਹ ਪੱਖਰੀ ਗੱਲ ਤੇ ਰੀਸਾ ਸਵਾਦ, ਪੱਖਰਾ ਪੱਖਰਾ ਤਾੜੀ ਖੁੱਲ ਗਏ ਮਹਾਂਪੁਰਸ਼ਾਂ ਵੱਲੋਂ, ਵੱਡੇ ਮਾਣ ਪੁੱਜਦੇ ਹੋਏ ਆ ਜੋਤ ਰਾਮਗੜ੍ਹ ਸਰਦਾਰਾਂ ਦੇ ਲਈ, ਮਹਾਂਪੁਰਸ਼ਾਂ ਵੱਲੋਂ ਵੱਡੇ ਮਾਣ ਪੁੱਜਦੇ ਹੋ ਗਏ। ਆਲਮਗੀਰ ਜੀ ਕਰੋ ਗੱਲ ਮੁੰਡੇ ਦੀ। ਹੋ ਉਧਰਲੇ ਪਾਸੇ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ, ਕਹਿੰਦੇ ਵੀ ਆਓ ਭੜੀ ਪੜੈਚਾਂ ਵਾਲੇ ਦੀ ਕਬੱਡੀ ਪਈ ਹੋਈ ਆ, ਹਾਂਜੀ ਮੋੜ ਮੋੜਾਂ ਜੀ ਨਸਰਾਲੇ ਵਾਲੇ, ਕਹਿੰਦੇ ਵੀ ਆਓ ਜੋਤ ਦੇ ਲਈ 500 ਦੇ ਮਾਣ ਪੁੱਜੇ ਆ, ਤੇ ਇਧਰਲੇ ਪਾਸੇ ਗੁੱਗੂ ਬਲੇਰ ਖਾਨਪੁਰ ਵਾਲਾ ਛੋਟੀ ਕਲਸੀਆਂ ਵਾਲਾ, ਮਹਾਂਪੁਰਸ਼ਾਂ ਵੱਲੋਂ ਹਰ ਰੇਡ ਤੇ ਹਰ ਜੱਫੇ ਦੇ ਪਿਆਰ ਹੋਵੇਗਾ, ਮਹਾਂਪੁਰਸ਼ਾਂ ਵੱਲੋਂ ਹਰ ਰੇਡ ਤੇ ਹਰ ਜੱਫੇ ਦੇ ਹੈਪੀ ਬਿਜਲੀ ਜੱਫਾ ਲਾਵੇ, ਜਿੰਦਰੀ ਹੋਣੀ ਸੋਨੀ ਹੋਣੀ ਕਹਿੰਦੇ ਆਪਾਂ 500 ਤੇ ਜਿੰਦਰੀ ਕਹਿੰਦਾ ਮੈਂ 1000 ਦੇਵਾਂਗਾ, ਵੱਡੇ ਮਾਣ ਹੋਣਗੇ ਮੇਰੇ ਮਿੱਤਰੋ। ਉਧਰ ਜੈਲੇ ਹੋਣੀ ਮਾਣਕ ਹੋਣੀ ਤੇ ਲਾਲੇ ਹੋਣੀ ਕਹਿੰਦੇ ਆਪਾਂ 1500 ਦੇ ਨਾਲ, ਜਤਿੰਦਰ ਸਿੰਘੇੜਾ ਮੇਰੇ ਮਿੱਤਰੋ ਵੱਡੇ ਮਾਣ ਹੋਣਗੇ ਸਾਡੇ ਭਰਾਵਾਂ ਵੱਲੋਂ, ਮੌਲੀ ਵਾਲੇ ਪਾਲੇ ਨਾਲ ਕਹਿੰਦੇ ਭਰਾਵਾਂ ਤੋਂ ਵੱਧ ਪਿਆਰ ਆ, ਜਤਿੰਦਰ ਹੋਣੀ ਸਾਰੇ ਹੀ ਆ ਰਹੇ ਆ, ਮੌਲੀ ਦਾ ਮੇਲਾ ਵੀ ਹੋਵੇਗਾ, ਬਠਿੰਡਿਆਂ ਦੇ ਵਿੱਚ ਵੀ ਮੇਲਾ, ਇੱਧਰ ਕਹਿੰਦੇ ਕੌਣ ਕੇਸ਼ੀ ਪੰਡਿਤ ਪਰਣ ਵਾਲੀ ਆ ਕਹਿੰਦੇ ਇਸ ਵੇਲੇ ਟਰਾਈ ਕਰਦਾ, ਤਾਜੇ ਦੀ ਰੇਡ ਤੇ ਆਲਮਗੀਰ ਦੀ ਗੱਲ ਕਰਨਗੇ ਖਿਡਾਰੀ। ਮਹਾਂਪੁਰਸ਼ਾਂ ਵੱਲੋਂ ਕਹਿੰਦੇ ਵੀ 200 ਆ ਮਨਜੋਤ ਦੇ ਲਈ, ਉਹ ਲਾਓ ਜੱਫਾ ਲਾਲੇ ਨੇ ਸੁਰਿੰਦਰ ਮਾਣਕ ਨੇ, ਤੇ ਕਹਿੰਦੇ ਵੀ ਕੋਬਰੇ ਨੇ 1500 ਦੇਣਾ, ਉਹ ਗੁਰਤਾਜ ਤਾਜਾ ਉਹ ਜੰਟੀ ਕਲਸੀਆਂ ਵਾਲਾ ਕਰਦਾ ਬੱਲੇ 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 ਸਾਰੀ ਦੇ ਕੱਪ ਦੀ, ਕਹਿੰਦੇ ਵੀ ਬੱਲੇ ਤਾਜਾ ਕਾਲੇ ਸਿੰਘਿਆਂ ਵਾਲਾ ਹੈ, ਸਿਰੇ ਰੰਗ ਜੋੜ ਦਿੱਤਾ ਮੁੰਡੇ ਨੇ ਆਪਣੀ ਟੀਮ ਦੇ ਲਈ। ਹੁਣ ਭੰਡਾਲਾ ਵਾਲਾ ਕਹਿੰਦੇ ਰਾਜਾ ਰੋਡ ਪਾਉਣ ਦੇ ਲਈ ਵਧਿਆ ਹੋਇਆ ਹੈ, ਚਾਰ ਯਾਫੀ ਮੇਰੇ ਮਿੱਤਰ ਨੂੰ ਚਾਰਾਂ ਦੇ ਵਿੱਚੋਂ ਪੌੜ ਕਰਵਾਵੇਗਾ ਬੱਲੇ ਬੱਲੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਹਿੰਦੇ ਤਾਰੀ ਸਾਰੀ ਦੇ ਵਿੱਚ ਵੱਡੀ ਮੇਰ ਹੈ ਮਹਾਂਪੁਰਸ਼ਾਂ ਦੀ, ਮੇਲਾ ਕਹਿੰਦੇ ਐਨ ਸਿਰੇ ਦਾ ਮੇਰੇ ਮਿੱਤਰ ਨੂੰ। ਜਿਵੇਂ ਰਾਜੇ ਖੇਲੇ ਨੇ ਗੱਲ ਕੀਤੀ ਕਿ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ, ਝੜਗੀ ਸਰੀਰਾਂ ਵਾਲੀ ਕੰਡ ਮਿੱਤਰੋ, ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ, ਝੜਗੀ ਸਰੀਰਾਂ ਵਾਲੀ ਕੰਡ ਮਿੱਤਰੋ। ਲੈ ਵੀ ਆਲਮਗੀਰ ਲੱਕੀ ਕਬੱਡੀ ਪਾ ਰਿਹਾ ਵੇ, ਕਰ ਵੀ ਗੱਲ ਮੁੰਡੇ ਦੀ, ਲਓ ਲੱਕੀ ਦੀ ਰੇਡ ਨਸਰਾਲੇ ਵਾਲਾ ਪਾਉਂਦਾ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ। ਅੱਜ ਚੇਅਰਮੈਨ ਮੱਖਣ ਧਾਲੀਵਾਲ ਦੇਖਦਾ ਉਧਰਲੇ ਪਾਸੇ ਬੱਲੇ ਬੱਲੇ, ਏਕਮ ਏਕਮ ਸਿਰਾ ਹੋ ਗਿਆ ਖੇਡ ਮੈਦਾਨ ਦੇ ਵਿੱਚ, ਬੱਲੇ ਬੱਲੇ ਏਕਮ ਹਠੂਰ ਤੇ ਦੂਸਰੇ
ਪਾਸੇ ਨਸਰਾਲੇ ਵਾਲਾ ਲੱਕੀ 500 ਰੁਪਈਆ ਮੋਹਣੇ ਵੱਲੋਂ ਹੈ 500 ਕਹਿੰਦੇ ਸਿਰੇ ਦੀ ਖੇਡ ਉਹ ਤੁਕਿਆਂ ਵਾਲਿਆ ਪਿਆਰੀ ਫਾੜੋ ਪਾਣੀ ਸਿਰ ਤੋਂ ਲੰਘ ਗਿਆ ਉਹ ਪਾਣੀ ਸਿਰ ਤੋਂ ਲੰਘ ਗਿਆ ਇੱਧਰ ਕਹਿੰਦੇ ਬੱਬੂ ਦੀ ਕਬੱਡੀ ਪੈ ਰਹੀ ਹੈ ਚਾਰ ਜਾਫੀ ਖੁਸ਼ੀ ਵਰਗੇ ਜਖੇਪਲ ਦੇ ਰਾਜ ਵਰਗੇ ਚੱਗੇ ਵਰਗੇ ਤੁਕਿਆਂ ਵਾਲੇ ਦਾ ਨਿਆ ਪੱਲੇ 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 ਪ੍ਰਧਾਨ ਕਹਿੰਦੇ ਸੀ ਅਮਰੀਕ ਉਹ ਰੌਲਾ ਰੱਪਾ ਨਹੀਂ ਪਵਾਇਆ ਲੈ ਵੀ ਪੰਡ ਤੋਂ ਰੌਲਾ ਰੱਪਾ ਪੈ ਗਿਆ ਦੁਨੀਆ ਕਹਿੰਦੇ ਖੁਸ਼ ਆ ਆਲਮਗੀਰ ਕਰ ਵੀ ਗੱਲ ਮੁੰਡੇ ਭਾਈ ਅਮਰੀਕ ਸਿੰਘ ਵਾਕਈ ਸਿਰਾ ਹੋ ਗਿਆ ਜੈਲੇ ਕੋਬਰੇ ਵੱਲੋਂ ਸੁਰਿੰਦਰ ਮਾਨਕ ਵੱਲੋਂ ਮੇਰੇ ਵੀਰੋ ਕਹਿੰਦੇ ਵੀ ਅੱਜ ਲਾਲੇ ਵੱਲੋਂ 500 ਹੈ 1500 ਦਾ ਜਫਾ ਜਿਹੜਾ 3 ਜਫੇ ਲਗਾਤਾਰ ਲਾਊ 10,000 ਮਹਾਂਪੁਰਸ਼ਾਂ ਵੱਲੋਂ ਦਿੱਤੇ ਜਾਣਗੇ ਅਮਰੀਕ ਸਿੰਘ ਜਿੱਥੇ ਖੁਸ਼ ਹੈ ਉੱਥੇ ਨੋਟਾਂ ਦਾ ਵੀ ਮੀਂਹ ਵਰ ਗਿਆ ਕਹਿੰਦੇ ਨੋਟਾਂ ਦਾ ਮੀਂਹ ਜਦੋਂ ਮਹਾਂਪੁਰਸ਼ ਬੈਠੇ ਆ ਰੱਬ ਬੈਠਾ ਐਨ ਕਹਿੰਦੇ ਰੱਬ ਬੈਠਾ ਗੱਲਾਂ ਹੋ ਰਹੀਆਂ ਮੇਰੇ ਮਿੱਤਰੋ ਮੰਨਣਾ ਪੈਣਾ ਅਮਰੀਕ ਹੈਪੀ ਬਿਜਲੀ ਦੇ ਵਾਸਤੇ ਮੋੜਾ ਨਸਰਾਲੇ ਵਾਲਾ 500 ਦਿੰਦਾ ਮੇਰੇ ਵੀਰੋ ਪ੍ਰਦੀਪ USA ਵਾਲਾ ਵੀ ਐਨ ਬੱਲੇ ਬੱਲੇ ਕਰਾਉਣਾ ਤੇ ਉਧਰਲੇ ਪਾਸੇ ਫੈਸਲਾ ਜਾਫੀ ਦੇ ਲਈ ਹੈ ਹੈਪੀ ਬਿਜਲੀ ਦਾ ਜਫਾ ਹੈਪੀ ਬਿਜਲੀ ਦਾ 500 ਮੋਹਣੇ ਨੇ ਭੇਜਿਆ ਤੇ ਹੁਣ ਹਰ ਜਫਾ ਪ੍ਰਦੀਪ ਵੱਲੋਂ ਅਮਰੀਕ ਸਿੰਘ ਨੋਟ ਰੱਖੀ ਵੀ 500 ਦਾ ਹੈ ਵੱਡੇ ਮਾਨ ਪ੍ਰਦੀਪ ਵੱਲੋਂ ਸੋਨੀ ਸਾਡਾ ਭਰਾ ਉਹਦੇ ਵੱਲੋਂ ਵੀ ਜਿੱਦਣੀ ਹੁਣੀ ਵੱਡਾ ਮਾਨ ਦੇਣਗੇ ਇੱਧਰ ਗੁੱਡੂ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਸਾਹਮਣੇ ਦੇਖੋ ਮੇਰੇ ਮਿੱਤਰੋ ਕਿ ਧੌਣ ਮਾਰ ਕੇ ਬਗਾਨੇ ਪੁੱਤ ਨੇ ਮਿੱਟੀ ਚ ਧੌਣ ਗੱਡਤੀ ਮਿੱਟੀ ਚ ਧੌਣ ਗੱਡਤੀ ਕਿ ਗੱਭਰੂ ਕਬੱਡੀ ਖੇਡਦੇ ਪੱਟਾਂ ਤੇ ਥਾਪੀ ਭੱਜ ਗਈ ਭੱਜ ਗਈ ਪੱਟਾਂ ਤੇ ਥਾਪੀ ਭੱਜ ਗਈ ਆ ਮਹਾਂਪੁਰਸ਼ਾਂ ਨੇ 200 ਭੇਜਿਆ ਤੇ ਨਰਵੈਲ ਸਿੰਘ ਜੀ ਬੈਂਸ ਸਾਹਿਬ ਅਮਰੀਕ ਸਿੰਘ ਗਰਾਊਂਡ ਦੇ ਵਿੱਚ ਆ ਗਿਆ ਉਹਨਾਂ ਨੇ ਵੀ ਕਿਹਾ ਕਿ 500 ਹੈਪੀ ਦੇ ਜੱਫੇ ਦਾ ਤੇ ਮਨਜੋਤ ਲਈ 200 ਦੇ ਮਾਨ ਸਨਮਾਨ ਮਹਾਂਪੁਰਸ਼ਾਂ ਵੱਲੋਂ ਹੈ ਮਹਾਂਪੁਰਸ਼ਾਂ ਵੱਲੋਂ ਵੱਡਾ ਪਿਆਰ ਆ ਗਿਆ ਸੋਨੀ ਕਹਿੰਦਾ ਵੀ ਲਵਲੀ ਜੱਫਾ ਲਾਵੇ ਤੇ ਵੱਡੇ ਮਾਨ ਹੋਣਗੇ ਉਹ ਕਹਿੰਦੇ ਤਾਜੇ ਦੀ ਰੇਡ ਹੈ ਜਤਿੰਦਰ ਹੋਣਿਆਂ ਦੇ ਮੇਲੇ ਤੇ ਜੰਡਿਆਲਾ ਮੱਝ ਜੀ ਦੇ ਮੇਲੇ ਤੇ ਵੱਡੀ ਗੱਡੀ ਦਿੱਤੀ ਜਾਣੀ ਹੈ ਇਹ ਕਹਿੰਦੇ ਗੁਰਬਾਜ ਸਿੰਘ ਪਾਚਾ ਮੇਰੇ ਮਿੱਤਰੋ ਕਿ ਮਿਲਦੀਆਂ ਗੱਡੀਆਂ ਖੇਡ ਦੇਣੇ ਜੋ ਕੌਡੀ ਤੇ ਕਪੂਰ ਥਲਾ ਚੀਜ਼ਾਂ ਨਹੀਂ ਉਹ ਦੋ ਕੌਡੀ ਤੇ ਕਪੂਰ ਥਲਾ ਚੀਜ਼ਾਂ ਨਹੀਂ ਉਹ ਦੋ ਉਹ ਹਾਲੇ ਤੇ ਕਹਿੰਦੇ ਕਾਲਵਾ ਵਾਲਾ ਭਲਵਾਨ ਪਾਸੇ ਖੜਾ ਹਾਲੇ ਤੇ ਸੁੱਖਾ ਨਹੀਂ ਆਇਆ ਇਹ ਗੱਲਾਂ ਹੋਰ ਹੋ ਰਹੀਆਂ ਸਨ ਉਧਰ ਕਹਿੰਦੇ ਮੰਗੀ ਨਹੀਂ ਪੁੱਜ ਸਕਿਆ ਕਿਉਂਕਿ ਵਿਆਹਾਂ ਦਾ ਵੀ ਸੀਜ਼ਨ ਆ ਘਰ ਦੇ ਰੁਝੇਵੇਂ ਵੀ ਬੜੇ ਆ ਪਰ ਜਿਹੜੇ ਆਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਇੱਧਰ ਕਬੱਡੀ ਪੈ ਰਹੀ ਆਲਮਗੀਰ ਕਰ ਵੀ ਗੱਲ ਸਾਡੇ ਚੇਅਰਮੈਨ ਮੱਖਣ ਧਾਰੀਵਾਲ ਸ਼ਿੰਦਾ ਚਾਲ ਦੇਖਦਾ ਤਾਰੀ ਦੇਖਦਾ ਸੰਘ ਢੇਸੀਆਂ ਵਾਲਾ ਤੇ ਨਾਲ ਚਰਨਜੀਤ ਬਰਾੜ ਦੇਖਦਾ ਬਈ ਵਾਕਿਆ ਹੀ ਸਾਰੀ ਦੇ ਵਿੱਚ ਬੱਲੇ ਬੱਲੇ ਹੈ ਬੋਲਿਆ ਫੜੀਆਂ 100 ਤਾਜੇ ਵਾਸਤੇ ਮਹਾਂਪੁਰਸ਼ਾਂ ਵੱਲੋਂ ਪੁੱਜਿਆ ਅਮਰੀਕ ਸਿੰਘ ਕਰ ਗੱਲ ਲੱਗੀ ਵੀ ਰੇਡ ਉਹ ਬੱਲੇ 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 ਉਹ ਵੱਖਰਾ ਸਵਾਦ ਹੈਪੀ ਬਿਜਲੀ ਉਹ ਸਵਾਦ ਲੱਕੀ ਫੜ ਵੀ ਪ੍ਰਦੀਪ ਵੱਲੋਂ ਹੈ ਫਤਿਹ ਪ੍ਰਧਾਨ ਨੇ ਹਰ ਕਬੱਡੀ ਦਾ ਹਯਾਰ ਦੇਣਾ ਉਧਰਲੇ ਪਾਸੇ ਕਬੱਡੀ ਕਬੱਡੀ ਉਹ ਜੱਗਾ ਚਿੱਟੀ ਵਾਲਾ ਗੁੱਟ ਫੜਦਾ ਕਿ ਬੋਰੀਆਂ ਨਚੋੜੀਆਂ ਰੱਸੇ ਬਹੁਤੇ ਚੜਿਆ ਕਾੜਨੀ ਚੋਂ ਦੁੱਧ ਪੀਤਾ ਮਲਾਈ ਸਣੇ ਕੜਿਆ ਉਹ ਜਾਣਦੇ ਨੇ ਸਾਰੇ ਗੁੱਟ ਜਿਹਦਾ ਜਿਹਦਾ ਫੜਿਆ ਜਾਣਦੇ ਨੇ ਸਾਰੇ ਗੁੱਟ ਜਿਹਦਾ ਜਿਹਦਾ ਫੜਿਆ ਅਮਰੀਕ ਸਿੰਘ ਅੱਜ ਕਹਿੰਦੇ ਵੀ ਮੇਲਾ ਐਨ ਸਿਖਰਾਂ ਤੇ ਹੋ ਗਿਆ ਤੇ ਪ੍ਰਬੰਧਕਾਂ ਨੇ ਮਦਨ ਗੋਪਾਲ ਨੂੰ ਧੰਨਵਾਦ ਵੀ ਆਖਿਆ ਤੇ ਹਾਫ ਦੇ ਵਿੱਚ ਮੱਧੂ ਬੋਪਾ ਰਾਮਾ ਵਾਲੇ ਦਾ ਵੱਡੇ ਪੱਧਰ ਤੇ ਸਨਮਾਨ ਵੀ ਹੋਣਾ ਤੇ ਕਬੱਡੀ ਕਬੱਡੀ ਖੇਡ ਮੈਦਾਨ ਦੇ ਵਿੱਚ ਪ੍ਰਬੰਧਕ ਵੀਰ ਕਹਿੰਦੇ ਵੀ ਜਿਹੜੇ ਪਿੰਡ ਦੇ ਮੁੰਡੇ ਬੇਸ਼ੱਕ ਉਹ ਗਰਾਊਂਡ 'ਚ ਬਾਕੀ ਜਿਹੜੇ ਹੋਰ ਸੱਜਣ ਪਾਸਿਓ ਹੈ ਉਹ ਥੋੜ੍ਹਾ ਗਰਾਊਂਡ ਤੋਂ ਬਾਹਰ ਹੋ ਜਾਣਗੇ ਇਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਲਓ ਸਾਹਮਣੇ ਪੰਡਿਤ ਜੀ ਕਰਨਗੇ ਫੈਸਲਾ
ਰੀਸਾ ਲਵਲੀ ਆ ਮੇਰੇ ਮਿੱਤਰੋ ਐਨ ਕਹਿੰਦੇ ਗੱਲਾਂ ਹੋਈਆਂ ਸਹੇੜੀ ਦੇ ਭੀਮੇ ਦੀਆਂ ਭੀਮੇ ਦੀ ਕੌਡੀ ਨੂੰ ਸਾਂਭ ਕੇ ਰੱਖਿਆ ਮੁੰਡੇ ਨੇ ਕਬੱਡੀ ਵਿਰਸੇ ਦੇ ਵਿੱਚੋਂ ਮਿਲੀ ਆ ਬਾਪ ਖੇਡਿਆ ਤੇ ਪੁੱਤ ਦੀ ਫੁੱਲ ਚੜਾਈ ਆ ਭੀਮਾ ਕਹਿੰਦੇ ਜਦੋਂ ਗਰਾਊਂਡ ਤੇ ਆਉਂਦਾ ਸੀ ਨਾ ਤੇ ਗਰਾਊਂਡ ਭਰੀ ਭਰੀ ਲੱਗਦੀ ਸੀ ਗਰਾਊਂਡ ਕਹਿੰਦੇ ਭਰੀ ਭਰੀ ਲੱਗਦੀ ਸੀ ਲਓ ਰਾਜੂ ਦੀ ਰੇਡ ਤੇ ਚਿੱਟੀ ਵਾਲਾ ਸ਼ਰਾਰਤਾਂ ਕਰਦਾ ਦੂਸਰੇ ਪਾਸੇ ਜੌਂਟੀ ਆ ਕਲਸੀਆਂ ਦੀ ਧਰਤੀ ਦਾ ਹਨੀ ਭੰਡਾਲ ਉਧਲੇ ਪਾਸੇ ਜੌਂਟੀ ਨਾਲ ਪੈ ਗਿਆ ਪੇਚੇ ਮੋਨੂੰ ਉੱਡਿਆ ਫਿਰਦਾ ਮੋਨੂੰ ਉੱਡਿਆ ਫਿਰਦਾ ਤੇ ਪਾਲਾ ਨੌਲੀ ਵਾਲਾ ਕਹਿੰਦਾ 19 ਫਰਵਰੀ ਨੂੰ ਪਟਾਕੇ ਪੈਣਗੇ ਪਟਾਕੇ ਪੈਣਗੇ ਬੱਲੇ 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 ਸਵਾਦ ਕਬੱਡੀ ਦਾ ਉਹ ਪਾਈ ਜੇ ਦਿਲੋਂ ਸਵਾਦ ਆ ਰਿਹਾ ਮਾੜਾ ਜਿਹਾ ਰੌਲਾ ਰੂਲਾ ਜਿਹਾ ਪਾ ਦੋ ਐਨ ਕਹਿੰਦੇ ਬੱਲੇ ਬੱਲੇ ਧਰਤੀ ਕਾਰੀ ਸਾਰੀ ਦੀ ਡੀਬੀ ਸਾਹਿਬ ਐਨ ਅੱਗ ਨਿਕਲੀ ਜਾਂਦੀ ਹੈ ਅੱਗ ਨਿਕਲੀ ਜਾਂਦੀ ਹੈ ਇੱਧਰ ਕਹਿੰਦੇ ਮਨਜੋਤ ਕਬੱਡੀ ਪਾ ਰਿਹਾ ਹੈ ਦੁੱਗਿਆਂ ਵਾਲਿਆ ਲੋਕੀ ਕਹਿੰਦੇ ਤਾੜੀ ਭੱਜੂ ਫੇਰ 2 ਨੰਬਰ ਤੋਂ ਕੌਣ ਹੈ ਕੇਸ਼ੀ ਐਨ ਕਹਿੰਦੇ ਬਰਨਵਾਲ ਦੀ ਧਰਤੀ ਉਹ ਬਾਏ ਗੱਭਰੂਆ ਨਹੀਂ ਉਹ ਰੂਸਾ ਉੱਧਰ ਕਹਿੰਦੇ ਪੰਡਤਾਂ ਦੇ ਮੁੰਡੇ ਨੇ ਸਾਰੇ ਰਾਹ ਬੰਦ ਕਰਤੇ ਵੀ ਭਾਜੋ ਮਾਸੀ ਦਿਆ ਪੁੱਤਾ ਕਿੱਧਰ ਦੀ ਭੱਜਦਾ ਭਾਜੋ ਮਾਸੀ ਦਿਆ ਪੁੱਤਾ ਕਿੱਧਰ ਦੀ ਭੱਜਦਾ ਐਨ ਕਹਿੰਦੇ ਗੁੱਗੂ ਦੀ ਰੇਡ ਤੇ ਆਲਮਗੀਰ ਜੀ ਗੱਲ ਬਲੇਰ ਖਾਨ ਪ੍ਰੀਆ ਤੇ ਉਧਲੇ ਪਾਸੇ ਏਕਮ ਹਠੂਰ ਵਾਲੇ ਨੂੰ ਟੱਚ ਵੱਜ ਗਿਆ ਅੱਜ ਗੁਰਸਾਹਿਬ ਰਣਜੀਤ ਹੁਣੀ ਸੋਨੀ ਹੁਣੀ ਵੀ ਲਾਈਵ ਤੱਕਦੇ ਪੈ ਵੀ ਬੱਲੇ ਬੱਲੇ ਹੋਈ ਪਈ ਹੈ ਇਧਲੇ ਪਾਸੇ ਰਾਜਾ ਭੰਡਾਲ ਦੋਨੇ ਵਾਲਾ ਤੇ ਉਧਲੇ ਪਾਸੇ ਗਿੱਲਾਂ ਦਾ ਮੁੰਡਾ ਵੀ ਕਹਿੰਦੇ ਵੀ ਐਨ ਬੱਲੇ ਬੱਲੇ ਕਰਾਉਂਦਾ ਕੋਕਾ ਇਟਲੀ ਤੋਂ ਤੇ ਸਨੀ ਕੈਨੇਡਾ ਤੋਂ ਦੇਖਦਾ ਵੀ ਵਾਕਿਆ ਹੀ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੱਲੇ 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 ਹੋਈ ਪਈ ਹੈ ਉਹ ਜਗਿਆ ਉਹ ਦੁੱਗਾਂ ਵਾਲਾ ਕਰਾਉਂਦਾ ਧੰਨ ਧੰਨ ਦੁੱਗਾਂ ਵਾਲਾ ਕਿ ਖੜ ਖੜ ਬੇਦੇ ਲੋਕੀ ਸਾੜ ਜੱਟ ਨੂੰ ਤੇ ਆਉਂਦੇ ਯਾਰੋ ਥੱਲੜੇ ਤੁਫਾਨ ਜੱਟ ਨੂੰ ਆਉਂਦੇ ਯਾਰੋ ਥੱਲੜੇ ਤੁਫਾਨ ਜੱਟ ਨੂੰ ਸੁਣੀ ਨਿਊਜ਼ੀਲੈਂਡ ਵੱਲੋਂ 500 ਖੁਸ਼ੀ ਹੈ ਖੁਸ਼ੀ ਵਾਸਤੇ ਤੇ ਮਹਾਂਪੁਰਸ਼ਾਂ ਵੱਲੋਂ ਵੀ 500 ਪੁੱਜੇ ਆ ਹੋਰ ਕਹਿੰਦੇ ਚਿੱਟੀ ਵਾਲੇ ਦੇ ਲਈ ਸਾਡੇ ਨਿੱਕਾ ਭਾਜੀ ਆਏ ਹੈ ਉਹਨਾਂ ਵੱਲੋਂ ਵੱਡੇ ਮਾਣ ਪੁੱਜਦੇ ਹੋਏ ਚਿੱਟੀ ਵਾਲੇ ਦੇ ਲਈ ਲਓ ਕਹਿੰਦੇ ਤਾਜੇ ਦੀ ਰੇਡ ਹੈਪੀ ਬਿਜਲੀ ਭੱਜ 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 ਐਨ ਰੌਲਾ ਜ਼ੋਰ ਨਾਲ ਪਾ ਦਿਓ ਕਾਰੀ ਸਾਰੀ ਵਾਲਿਓ ਖੁਸ਼ ਹੋ ਖੁਸ਼ ਹੋ ਖੁਸ਼ ਹੋ ਐਨ ਕਹਿੰਦੇ ਦੋਵਾਂ 3 ਪੁਆਇੰਟਾਂ ਦਾ ਫਰਕ ਹੋਣਾ ਜਿੱਤਣਾ ਕਿਹਨੇ ਆ ਇਹ ਕੋਈ ਪਤਾ ਨਹੀਂ ਹਾਂਜੀ ਅਮਰੀਕ ਸੋਨੀ ਨਿਊਜ਼ੀਲੈਂਡ ਤੇ ਜਿੰਦਰੀ ਮਨੀਲਾ ਨੇ ਐਲਾਨ ਕਰ ਦਿੱਤਾ ਬਈ ਹਜ਼ਾਰ ਹਜ਼ਾਰ ਦੇਾਂਗੇ ਹੈਪੀ ਬਿਜਲੀ ਦੇ ਜਫੇ ਦਾ ਫਤਿਹ ਸਰਵਾਲ ਨੇ 500 ਫਤਿਹ ਪ੍ਰਧਾਨ ਵੱਲੋਂ ਲੱਕੀ ਦਾ ਹਰ ਇੱਕ ਪੁਆਇੰਟ 1000 ਦਾ ਹੋਵੇਗਾ ਲੱਕੀ ਨੂੰ 1000 ਮਹਾਂਪੁਰਸ਼ਾਂ ਵੱਲੋਂ 200 ਦੇ ਮਾਣ ਹੈ ਆ ਬੋਲਿਆ ਸਾਂਭੀ ਵੀ ਮਾਇਆ ਮਹਾਂਪੁਰਸ਼ਾਂ ਨੇ ਆਸ਼ੀਰਵਾਦ ਭੇਜਿਆ ਉਧਲੇ ਪਾਸੇ ਕਬੱਡੀ ਆ ਬਈ ਖੁਸ਼ਦੀਪ ਸਿੰਘ ਅੱਜ ਗੱਲ ਜਫਿਆਂ ਦੀ ਹੈ ਜੱਗੇ ਨੇ ਕਹਿੰਦੇ ਵੀ ਗਿੱਟੇ ਨੂੰ ਚੁੱਕਿਆ ਵੀ ਝਾਂਜਰਾਂ ਵਾਲੇ ਗਿੱਟੇ ਨੂੰ ਹੱਥ ਪੈ ਗਿਆ ਹੁਣ ਗੱਲ ਮੁਸ਼ਕਲ ਹੋ ਗਈ ਹੈ ਐਨ ਸਿਰੇ ਦਾ ਜਫਾ ਖੁੱਲ ਗਏ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਤੇ ਕਹਿੰਦੇ ਚਿੱਟੀ ਵਾਲਾ ਹੀ ਹੈ ਉਧਰ ਵੱਡੇ ਮਾਣ GN ਐਜੂਕੇਸ਼ਨ ਵੱਲੋਂ ਹੈਪੀ ਦੇ ਜੱਫੇ ਦੇ ਵੱਡੇ ਮਾਣ ਹੋਣਗੇ ਸੋਨੀ ਵੱਲੋਂ 200 ਰੁਪਇਆ ਲੱਕੀ ਨੂੰ ਦਿੱਤਾ ਗਿਆ ਤੇ ਆ 200 ਜਿਹੜਾ ਜੱਗੇ ਦਾ ਆ ਫੜੀ ਵੀ ਬੋਲਿਆ ਜੱਗੇ ਦੀ ਮਾਂ ਤੁਹਾਡੇ ਕੋਲ ਹੈ ਰਣਜੀਤ ਸਿੰਘ USA 200 ਰੁਪਇਆ ਲੱਕੀ ਵਾਸਤੇ ਮਾਨ ਸਨਮਾਨ ਪੁੱਜਿਆ ਬਈ ਨਸਰਾਲੇ ਵਾਲਾ ਵੀ ਐਨ ਐਨ ਬੱਲੇ ਬੱਲੇ ਕਰਾਉਂਦਾ ਉਧਰਲੇ ਪਾਸੇ ਏਕਮ ਏਕਮ ਹਠੂਰ ਕਬੱਡੀ ਕਹਿੰਦੇ ਵੀ ਐਨ ਸਿਰੇ ਦੀ ਹੈ ਬੱਲੇ 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 ਵਾਹ ਗੱਭਰੂ ਨਹੀਂ ਇਹ ਰੀਸਾ ਐਨ ਕਹਿੰਦੇ 19 ਫਰਵਰੀ ਨੂੰ ਮੌਲੀ ਦੇ ਵਿੱਚ ਕਹਿੰਦੇ ਅੱਗ ਨਿਕਲੂ ਮੇਰੇ ਮਿੱਤਰੋ 31 ਨੂੰ ਕੰਢੋਲੇ ਦੇ ਵਿੱਚ ਕਹਿੰਦੇ ਬੱਲੇ
ਮੇਲਾ ਪਿੰਡ ਦਾ ਮੇਲਾ ਹੈ ਇਸ ਏਰੀਏ ਦੇ ਵਿੱਚ ਰੌਣਕਾਂ ਲੱਗਣਗੀਆਂ 21 ਨੂੰ ਕਹਿੰਦੇ ਨੰਦਾ ਚੌਰ ਤੇ ਸਾਹਮਣੇ ਕੌਣ ਹੈ ਇਹ ਹੈ ਕਹਿੰਦੇ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਮਹਾਂਪੁਰਸ਼ਾਂ ਦੀ ਕਿਰਪਾ ਹੈ ਤੇ ਪ੍ਰਬੰਧਕਾਂ ਦਾ ਕਹਿੰਦੇ ਇੱਕ ਹੈ ਮੇਲਾ ਤਾਂ ਸਿਰੇ ਦਾ ਹੈ ਮੇਲਾ ਤਾਂ ਸਿਰੇ ਦਾ ਹੈ ਮੇਲਾ ਤਾਂ ਸਿਰੇ ਦਾ ਹੈ ਕਹਿੰਦੇ ਵੀ 21 ਤਰੀਕ ਨੂੰ 21 ਜਨਵਰੀ ਨੂੰ ਆਦਮਪੁਰ ਦੇ ਵਿੱਚ ਇਹੀ ਕਲਬਾਂ ਖੇਡਣਗੀਆਂ ਐਨ ਗੱਡਵੇਂ ਮੈਚ ਹੋਣਗੇ ਤੇ 7 ਨੂੰ ਕਪੂਰਥਲੇ ਦੇ ਵਿੱਚ ਅੱਗ ਨਿਕਲਣੀ ਆ ਬਾਓ ਕਹਿੰਦੇ ਵੀ ਸਾਡੇ ਬਿਰਕ ਦੀ ਯਾਦ ਦੇ ਵਿੱਚ ਰੌਣਕਾਂ ਲੱਗਣੀਆਂ ਤੇ ਉਧਰਲੇ ਪਾਸੇ ਆਓ ਪੈਂਦਾ ਭੰਗੜਾ ਤੇ ਖੇਡਣੀ ਕਬੱਡੀ ਬੇਸ਼ੌਕ ਮਿੱਤਰਾਂ ਦੇ ਪੌੜੇ ਭੰਗੜੇ ਤੇ ਖੇਡਣੀ ਕਬੱਡੀ ਬੇਸ਼ੌਕ ਮਿੱਤਰਾਂ ਦੇ ਰਾਜੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਦੁੱਗਿਆਂ ਵਾਲਿਆ ਦੇਖ ਉਹਦੇ ਪਿੰਡੇ ਚ ਕਿੰਨੀ ਕੁ ਜਾਨ ਹੈ ਕਿੰਨਾ ਕੁ ਜ਼ੋਰ ਹੈ ਰਾਜੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਚਿੱਟੀ ਵਾਲਾ ਵੀ ਖੜਾ ਹੋਇਆ ਪੰਡਤ ਵੀ ਕਹਿੰਦੇ ਨਾਲ ਹੈ ਆ ਕਹਿੰਦੇ ਜੱਗਾ ਚਿੱਟੀ ਵਾਲਾ ਮੇਰੇ ਮਿੱਤਰੋ ਉਹ ਬੱਲੇ 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 ਉਹ ਤਾੜੀ ਖੁੱਲ ਕੇ ਮਾਰ ਦਿਓ ਵੀ ਅੱਜ ਸਾਰੀ ਦੇ ਵਿੱਚ ਰੌਣਕਾਂ ਬਈ ਬਲੇਰ ਖਾਨਪੁਰ ਵਾਲਿਆ ਪਾ ਕਬੱਡੀ ਨੌਜਵਾਨਾਂ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੀ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਜਿਹੜੇ ਨੇ ਜਾਣਾ ਜਿੱਤ ਗਏ ਜਿਹਦੇ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ 17 ਤਰੀਕ ਨੂੰ ਫਲੌਰ ਦੇ ਵਿੱਚ ਬੱਲੇ ਬੱਲੇ ਹੋਣੀ ਹੈ ਤੇ 18 ਨੂੰ ਫਗਲਾਣੇ ਦੇ ਵਿੱਚ ਵੀ ਅੱਗ ਨਿਕਲਣੀ ਹੈ ਉਧਰਲੇ ਪਾਸੇ ਉਹ ਕਬੱਡੀ ਕਬੱਡੀ ਤੇ ਜੱਫਾ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਵੀ ਉਹ ਨੌਜਵਾਨ ਰਾਜੂ ਦੀ ਕਬੱਡੀ ਪੈਂਦੀ ਖੇਡ ਮੈਦਾਨ ਦੇ ਵਿੱਚ ਜੱਫਾ 200 ਦਾ ਬੱਬੂ ਪਿੰਡਰ ਬੱਬੂ ਪਿੰਡਰ ਜੂੜ ਪੈ ਗਿਆ ਜੂੜ ਪੈ ਗਿਆ ਪਈ ਜਾਂਦਾ ਤਾਰੀ ਸਾਰੀ ਦੇ ਵਿੱਚ ਬਿਨਾਂ ਢੋਲਾਂ ਤੋਂ ਭੰਗੜਾ ਪਈ ਜਾਂਦਾ ਦੋਸਤੋ ਇਹ ਮੈਚ ਅਜੇ ਸਮਾਪਤ ਤਾਂ ਨਹੀਂ ਹੋਇਆ ਪਰ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਸੀਂ ਕੀ ਗੈਸ ਕਰਦੇ ਹੋ ਕਿ ਇਸ ਮੈਚ ਦੇ ਵਿੱਚੋਂ ਕਿਹੜੀ ਟੀਮ ਵਿਨਰ ਹੋਏਗੀ ਤੁਸੀਂ ਕਮੈਂਟ ਬਾਕਸ 'ਚ ਉਸ ਟੀਮ ਦਾ ਨਾਮ ਜ਼ਰੂਰ ਲਿਖੋ ਔਰ ਦੇਖਾਂਗੇ ਕਿ ਤੁਹਾਡਾ ਗੈਸ ਠੀਕ ਹੁੰਦਾ ਜਾਂ ਨਹੀਂ ਨਾਲ ਹੀ ਤੁਹਾਨੂੰ ਰਿਕੁਐਸਟ ਹੈ ਕਿ ਆਪਣੇ ਆਪਣੇ ਫੇਵਰਟ ਖਿਡਾਰੀ ਦਾ ਨਾਮ ਵੀ ਸਾਨੂੰ ਜ਼ਰੂਰ ਦੱਸੋ ਔਰ ਨਾਲ ਹੀ ਸਾਡੇ ਇਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਉ ਆਓ ਇੰਜੋਏ ਕਰਦੇ ਹਾਂ ਬਾਕੀ ਰਹਿੰਦਾ ਹੈ ਮੈਚ ਨਿਰੰਜਣ ਦਾਸ ਜੀ ਕਾਰੀ ਵਾਲੇ ਮਹਾਂਪੁਰਸ਼ਾਂ ਦਾ ਸਨਮਾਨ ਹੋਵੇਗਾ ਕਹਿੰਦੇ ਵੀ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਨਾ ਆਵੇ ਇਹ ਸਾਡੀ ਬੇਨਤੀ ਹੈ ਕੋਈ ਵੀ ਵੀਰ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਨਾ ਆਵੇ ਬਣ ਜੇ ਦੂਸਰੇ ਹਾਫ ਦੀ ਖੇਡ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਸਾਈਡਾਂ ਚੇਂਜ ਕੀਤੀਆਂ ਦੋਨੋਂ ਟੀਮਾਂ ਦੇ ਖਿਡਾਰੀਆਂ ਨੇ ਲਾ ਪਹਿਲਾ ਜੱਫਾ ਕਹਿੰਦੇ ਵੀ ਫਿਰ ਖੁਸ਼ੀ ਦੁੱਗਾ ਵਾਲਾ ਬਾਹ ਬਲਿਹਾਰੇ ਜਾਈਏ ਜਵਾਨਾਂ ਲਾ ਹੁਣ ਵੇਖਦੇ ਫੈਸਲਾ ਮਦਨ ਗੋਪਾਲ ਜੀਆਂ ਨੇ ਕਰ ਦਿੱਤਾ ਹੈ ਕਿ ਪੁਆਇੰਟ ਮੇਰੇ ਵੀਰੋ ਇਸ ਸਮੇਂ ਦੁੱਗਾ ਵਾਲੇ ਖੁਸ਼ੀ ਦੇ ਹਿੱਸੇ ਜੁੜਦਾ ਆ ਸੋਨੀ ਸਾਡਾ ਵੀਰ ਨਿਊਜ਼ੀਲੈਂਡ ਤੋਂ 500 ਰੁਪਏ ਦੇ ਮਾਨ ਸਨਮਾਨ ਨੇ ਜਿਹੜੇ ਇਸ ਖੁਸ਼ੀ ਦੇ ਲਈ ਪੁੱਜਦੇ ਕਰ ਰਹੇ ਨੇ ਦੋਨੋਂ ਟੀਮਾਂ ਦਾ ਇੱਕ ਇੱਕ ਨੁਮਾਇੰਦਾ ਨਾਲ ਦੀ ਨਾਲ ਜਿਹੜੀ ਮਾਇਆ ਉਹ ਆਪਣੀ ਕਲੈਕਟ ਕਰੀ ਜਾਵੇ ਦੋਨੋਂ ਟੀਮਾਂ ਦਾ ਇੱਕ ਇੱਕ ਨੁਮਾਇੰਦਾ ਲਾ ਅਗਲੀ ਕਬੱਡੀ ਮੇਰੇ ਵੀਰੋ ਥੋੜਾ ਭਾਜੀ ਪਿੱਛੇ ਨੂੰ ਹੋ ਜਾਓ ਜਰਾ ਭਲਵਾਨਾਂ ਦੇ ਦਰਸ਼ਨ ਹੋਣ ਦਿਓ ਇੱਕ ਸਾਈਡ ਤੁਸੀਂ ਰੱਖ ਲਓ ਖੁਸ਼ੀ ਦੇ ਆ ਲਾ ਬਾ ਬਲਿਹਾਰੇ ਜਾਈਏ ਰਾਮਗੜ੍ਹ ਸਰਦਾਰਾ ਪਿੰਡ ਦਾ ਮੇਰੇ ਵੀਰੋ ਜਿੱਥੋਂ ਦੀ ਬਾਲੀਵਾਲ ਬੜੀ ਮਸ਼ਹੂਰ ਹੈ ਸਰਦਾਰ ਸਿਕੰਦਰ ਸਿੰਘ ਜੀ ਹੈਪੀ ਓਨੀ ਇੰਟਰਨੈਸ਼ਨਲ ਖਿਡਾਰੀ ਨੇ ਲਾਓ ਲਾ ਜਾਫਾ ਨੌਜਵਾਨ ਇਸ ਸਮੇਂ ਵੇਖਦੇ ਵੀ ਬਾਬਾ ਗੁਰਦੁਆਰਾ ਸੁਖਚੈਨ ਵਾਲਾ ਕਬੱਡੀ ਕਲੱਬ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਗੁੰਦ ਮੇ ਜੇ ਸਰੀਰ ਵਾਲਾ ਕਹਿੰਦੇ ਵੀ ਆਹ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਦਾ ਮੇਰੇ ਵੀਰੋ ਮਨਜੋਤ ਸਿੰਘ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਸੋਨੀ ਵੀਰ ਸਾਡਾ ਨਿਊਜ਼ੀਲੈਂਡ ਵਾਲੇ ਕਹਿੰਦੇ ਵੀ ਆਹ ਜੱਫੇ ਤੇ ਵੀ ਹੁਣ 200 ਰੁਪਏ ਦੇ ਮਾਨ ਸਨਮਾਨ ਹੋਣਗੇ ਜੱਗਾ ਚਿੱਟੀ ਪਿੰਡ ਦਾ ਮੇਰੇ ਵੀਰੋ ਲੰਮਾ ਕੱਦ ਹੈ ਚੜ੍ਹਦੀ ਜਵਾਨੀ ਹੈ ਕਿ ਜਵਾਨੀ ਤੇ ਜਦੋਂ ਪਹਿਰਾ ਦਿੱਤਾ ਹੋਵੇ ਫਿਰ ਸਵਾਦ ਹੈ ਜਿਹੜਾ ਸਵਾਦ ਕਹਿੰਦੇ ਵੀ ਵੱਖਰਾ ਹੀ ਹੁੰਦਾ ਹੈ ਹਾਂਜੀ ਹਾਂਜੀ ਕੀ ਇਸ਼ਾਰਾ ਇੱਕ ਬੇਨਤੀ ਹੈ ਵੀ ਮੰਚ ਦੇ ਸਾਹਮਣੇ ਜਿਹੜੇ ਸਾਡੇ ਵੀਰ ਖੜੇ ਨੇ ਪਲੀਜ਼ ਉਹ ਬੈਠ ਜਾਣ ਤਾਂ ਜੋ ਪਿੱਛੇ ਜਿਹੜੀਆਂ ਸਤਿਕਾਰਯੋਗ ਸ਼ਖਸੀਅਤ ਆ ਪ੍ਰਬੰਧਕ ਨੇ ਜਿਹੜੇ ਸਟੇਜ ਤੇ ਬੈਠੇ ਨੇ ਉਹ ਆਨੰਦ ਮਾਣ ਸਕਣ ਇਹਨਾਂ ਚੱਲਦੇ ਹੋਏ ਮੈਚਾਂ ਦਾ ਲਾ ਅਗਲੀ ਕਬੱਡੀ ਪਾਉਣ ਦੇ ਲਈ ਕੌਣ ਸਾਹਮਣੇ ਆਉਂਦਾ ਹੈ ਬਲੇਰ ਖਾਨਪੁਰ ਮੇਰੇ ਵੀਰੋ ਬੜਾ ਮਸ਼ਹੂਰ ਪਿੰਡ ਹੈ ਖੇਡ ਕਬੱਡੀ ਦੇ ਵਿੱਚ ਗੱਗੂ ਨਾਮ ਹੈ ਇੱਕ ਰੋਟੀ ਵਾਲਾ ਗੋਗੋ ਤੇ ਇੱਕ ਗੱਗੂ ਦੀ ਕਬੱਡੀ ਤੇ ਲਓ ਸਾਹਮਣੇ ਵੇਖਦੇ ਵੀ ਹੁਣ ਮੁਕਾਬਲਾ ਮੇਰੇ
ਵੀਰੋ ਟਾਈਗਰ ਦੇ ਨਾਲ ਹੁੰਦਾ ਹੈ, ਛੱਡੋ ਜਵਾਨਾ। ਲਾ ਧਨੌਲੇ ਦਾ ਜਗਤਾਰ ਸਿੰਘ ਇਸ਼ਾਰਾ ਕਰਦਾ ਹੋਇਆ ਕਿ ਪੁਆਇੰਟ ਹੈ ਸਮੇਂ ਗੱਗੂ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਆਓ ਰਾਜੂ ਕੋਟਲਾ ਭੜੀ ਪਿੰਡ ਮੇਰੇ ਵੀਰੋ ਖੰਨੇ ਦੇ ਲਾਗੇ ਘੁੱਗ ਬਸਤਾ ਨਗਰ ਇਸ ਨੌਜਵਾਨ ਦਾ 6 ਫੁੱਟ ਕੱਦ ਹੈ, ਕਲਾੜੀ ਦੇ ਬੇਲਣਾ ਵਰਗੇ ਪੱਟ ਲੈ। ਲਾ ਹੁਣ ਵੇਖਦੇ ਵੀ ਕਮਾਣੀਦਾਰ ਬਾਹਾਂ ਨੇ, ਲਾ ਸਾਹਮਣੇ ਮੇਰੇ ਵੀਰੋ ਲੱਗਦੇ ਹੋਏ ਜੱਫੇ ਦੇ ਵਿੱਚੋਂ। ਫੈਸਲਾ ਕੀ ਹੈ ਮਦਨ ਗੋਪਾਲ ਜੀ, ਫੈਸਲਾ ਕਰਦੇ ਹੋਏ ਕਿ ਪੁਆਇੰਟ ਇਸ ਸਮੇਂ ਫਿਰ ਇਸ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ। ਸ਼ਾਨਦਾਰ ਮੈਚ ਦੋਨੋਂ ਹੀ ਟੀਮਾਂ ਦੇ ਖਿਡਾਰੀਆਂ ਦੇ ਦਰਮਿਆਨ ਹੈ। ਲਾ ਬਟੇ ਕੱਢਣ ਵਾਲੀ ਅੱਜ ਗੱਲ ਕਹਿੰਦੇ ਵੀ ਹੋਈ ਪਈ ਹੈ ਕਿ ਚਿੱਪ ਕੱਢ ਕੇ ਯਾਰਾਂ ਨੇ ਕਿੱਲ ਕੱਢ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ, ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ। ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ, ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ। ਸੋਨੀ ਸਾਡਾ ਵੀਰ ਨਿਊਜ਼ੀਲੈਂਡ ਤੋਂ, ਉਹਨਾਂ ਦੀ ਤਰਫੋਂ 200 ਰੁਪਈਆ ਇਸ ਨੌਜਵਾਨ ਦੇ ਲਈ ਮੇਰੇ ਵੀਰੋ ਲਈ ਹੋਰ ਪੁੱਜੇ ਨੇ। ਸੋਨੀ ਦੀ ਤਰਫੋਂ 500, ਪ੍ਰਧਾਨ ਜੀ ਦੀ ਤਰਫੋਂ 200 ਪੁੱਜੇ ਹੈ। ਲਓ ਮਾਇਆ ਨਾਲ ਦੀ ਨਾਲ ਦੋਨੋਂ ਟੀਮਾਂ ਦਾ ਜੇ ਇੱਕ ਇੱਕ ਨੁਮਾਇੰਦਾ ਕਲੈਕਟ ਕਰਦਾ ਜਾਵੇ ਤੇ ਚੰਗੀ ਗੱਲ ਹੈ। ਲਓ ਮਨਜੋਤ ਤੇ ਖੁਸ਼ੀ ਹੁਣ ਕਹਿੰਦੇ ਵੀ ਦੋ ਮੱਲ ਸਿਰੇ ਦੇ ਨੇ, ਸਿਰੇ ਦੇ ਨੇ ਦੋਨੋਂ ਮੱਲ। ਲਓ ਆਹ ਪੁਆਇੰਟ ਵੇਖਦੇ ਵੀ ਮਨਜੋਤ ਨੌਜਵਾਨ ਫਿਰ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਿ ਖੜ ਕੇ ਵੇਖੂ ਕੁੱਲ ਜਵਾਨਾਂ, ਕੱਪ ਉਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਣਾ। ਲੈ ਵੀ ਸੋਨੀ, ਮੈਨੂੰ ਲੱਗਦਾ ਵੀ ਪਹਿਲੇ ਮੈਂ ਜਾਂ ਦੇਖਿਆ ਨਾ ਵੀ ਤੇਰਾ ਚਿਹਰਾ ਥੋੜ੍ਹਾ ਜਿਹਾ ਉਦਾਸ ਹੋਇਆ ਵੀ ਮੱਲ ਇੱਕ ਤਾਂ ਘੱਟ ਆਇਆ, ਪਰ ਆਹ ਵੇਖ ਹੁਣ ਜੋਟੀ ਕਲਸੀਆਂ ਵਾਲਾ ਮੇਰੇ ਵੀਰੋ ਅਹਿਮਦਗੜ੍ਹ ਦੇ ਲਾਗੇ ਘੁੱਗ ਬਸਤਾ ਨਗਰ ਜ਼ਿਲ੍ਹੇ ਲੁਧਿਆਣੇ ਦਾ ਮਸ਼ਹੂਰ ਕਬੱਡੀ ਖਿਡਾਰੀ ਪਰ ਧਨੌਲੇ ਦੇ ਜਗਤਾਰ ਨੇ ਇਸ਼ਾਰਾ ਕਰ ਦਿੱਤਾ ਵੀ ਆਹ ਪੁਆਇੰਟ ਇਸ ਸਮੇਂ ਫਿਰ ਇਸੇ ਧਾਵੀ ਦੇ ਹਿੱਸੇ ਜੁੜਦਾ ਹੋਇਆ। ਲਾ ਅਗਲੀ ਕਬੱਡੀ ਫਿਰ ਪੱਟ ਤੇ ਮਾਰੀ ਥਾਪੇ, ਵੱਧ ਗਿਆ ਗਾਹਾਂ ਨੂੰ 4-4 ਮੇਰੇ ਵੀਰੋ। ਬੱਬਰ ਸ਼ੇਰ ਪੁੱਤ ਸਾਹਮਣੇ ਨੇ, ਸੀਣੀਆਂ ਮਾਵਾਂ ਦੇ ਜਵਾਨ ਪੁੱਤ ਗਾਡਰਾਂ ਵਰਗੇ। ਲਾ ਸਾਹਮਣੇ ਵੇਖਦੇ ਵੀ ਮਦਨ ਗੋਪਾਲ ਜੀ ਕੀ ਫੈਸਲਾ ਕਰ ਰਹੇ ਨੇ ਕਿ ਪੁਆਇੰਟ ਇਸ ਸਮੇਂ ਫਿਰ ਮੇਰੇ ਵੀਰੋ ਧਾਵੀ ਦੇ ਹਿੱਸੇ ਜੁੜਦਾ ਹੋਇਆ। ਮਨ ਚ ਤਾਂ ਸੀਗਾ ਵੀ ਅੱਜ ਬੈਠ ਕੇ ਐਨ ਆਰਾਮ ਦੇ ਨਾਲ ਜਿਹੜਾ ਮੈਚਾਂ ਦਾ ਆਨੰਦ ਮਾਨਣਾ, ਪਰ ਅਮਰੀਕ ਖੋਸੇ ਕੋਟਲੇ ਵਾਲਾ ਤੇ ਦੂਸਰਾ ਜਵਾਨ ਆਲਮਗੀਰ ਬੜੇ ਵਧੀਆ ਬੋਲ ਨੇ ਜਿਹੜੇ ਸਾਂਝੇ ਕਰ ਰਹੇ ਸਨ। ਲਾ ਸਾਹਮਣੇ ਫਿਰ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਨੌਜਵਾਨ ਖਿਡਾਰੀ। 4 ਜਾਫੀ ਸਾਹਮਣੇ ਨੇ, 4 ਦੇ ਵਿੱਚੋਂ ਕਿਹੜਾ ਵਾਧਾ, ਕਿਹੜਾ ਦੋ ਹੱਥ ਕਰਦਾ ਤੇ ਸਮੇਂ ਦੀਆਂ ਬਾਤਾਂ ਹੋਣਗੀਆਂ। ਲਾ ਆਹ ਪੁਆਇੰਟ ਮੇਰੇ ਵੀਰੋ ਹਠੂਰ ਵਾਲਾ ਏਕਮ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ। ਇੱਕ ਪਾਸੇ ਮੈਂ ਵੇਖਦਾ ਵੀ ਸੱਟ ਵੱਜੀ ਹੋਈ ਮਹਿਸੂਸ ਕਰ ਰਿਹਾ ਇਹ ਨੌਜਵਾਨ ਖਿਡਾਰੀ। ਸੱਚੇ ਪਾਤਸ਼ਾਹ ਮਿਹਰ ਕਰੀ ਇਹਨਾਂ ਨੌਜਵਾਨ ਖਿਡਾਰੀਆਂ ਤੇ, ਤੱਤੀ ਵਾਹ ਨਾ ਲੱਗੇ ਇਹ ਖੇਡ ਦੇ ਮੈਦਾਨ ਦੇ ਵਿੱਚ। ਸਿਆਣ ਆਹ ਵੀ ਇੱਕ 500 ਰੁਪਈਆ ਕਿਸੇ ਜਾਫੀ ਦਾ ਸੀ ਮੇਰੇ ਕੋਲੋਂ, ਫੜ ਲਵੀ ਜਰਾ ਬਾਅਦ ਦੇ ਵਿੱਚ ਉੱਧਰ ਮਾਇਆ ਜਿਹੜੀ ਪੁੱਜਦੀ ਕਰ ਦਿਓ। ਆਓ ਏਕਮ ਦੇ ਲਈ ਮੋਹਨ ਸਿੰਘ ਜੀ ਮੋਹਣਾ ਨਸਰਾਲੇ ਵਾਲੇ ਵੱਲੋਂ 500 ਹੈ ਬਈ। ਬੇਨਤੀ ਹੈ ਜਿਹੜੇ ਕੋਚ ਨੇ ਮਾਇਆ ਜਿਹੜੀ ਹੈ ਨਾਲ ਦੀ ਨਾਲ ਫੜੀ ਜਾਣ, ਬੜਾ ਧੰਨਵਾਦ ਹੋਵੇਗਾ। ਅੱਜ ਦਾ ਫਾਈਨਲ ਮੈਚ ਹੈ, ਇਹਨੂੰ ਸਿਰਾ ਜਿਹਨੂੰ ਕਹਿੰਦੇ ਆ, ਉਹ ਸਾਰੀ ਦੀ ਧਰਤੀ 'ਤੇ ਹੋ ਰਿਹਾ ਹੈ। ਦੋਨੋਂ ਟੀਮਾਂ ਚੋਟੀ ਦੀਆਂ ਖੇਡਦੀਆਂ, NRI ਕਬੱਡੀ ਕਲੱਬ ਅਤੇ ਫਗਵਾੜੇ ਦੀ ਕਲੱਬ ਖੇਡਦੀ ਅੱਜ ਦਾ ਫਾਈਨਲ ਮੈਚ। ਮਹਾਂਪੁਰਸ਼ਾਂ ਵੱਲੋਂ ਵੱਡੇ ਮਾਨ ਸਨਮਾਨ ਦਿੱਤੇ ਜਾਣੇ, ਗੁਰਪ੍ਰੀਤ ਸਿੰਘ ਬਈ ਵੱਡੀ ਮਾਇਆ ਦਿੱਤੀ ਜਾਣੀ ਹੈ ਇਹਨਾਂ ਨੌਜਵਾਨਾਂ ਨੂੰ ਖੇਡ ਮੈਦਾਨ ਅੰਦਰ। ਵੱਡੀ ਮਾਂ ਇਹਨਾਂ ਖਿਡਾਰੀਆਂ ਦੇ ਲਈ ਹੈ ਔਰ ਇਸ ਵੇਲੇ ਸਮੁੱਚੀ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਧੰਨਵਾਦ ਕਰੀਏ। ਅੱਜ ਚੋਟੀ ਦੇ ਮੁਕਾਬਲੇ ਖੇਡ ਮੈਦਾਨ ਦੇ ਵਿੱਚ ਚੱਲ ਰਹੇ ਹੈ ਔਰ ਜਿੱਥੇ 31 ਨੂੰ ਜੰਬੜ ਦੀ ਧਰਤੀ 'ਤੇ ਰੌਣਕਾਂ ਲੱਗਣੀਆਂ ਨੇ, ਸੰਤ ਮਹਾਂਪੁਰਸ਼ ਸੰਤ ਬਾਬਾ ਸਤਪਾਲ ਸਿੰਘ ਜੀਆਂ ਵੱਲੋਂ ਸਾਰੀ ਸੰਗਤ ਨੂੰ ਸੱਦੇ ਹੈ ਵੀ ਆਪਾਂ ਐਨ ਬੱਲੇ ਬੱਲੇ ਕਰਾਉਣੀ ਹੈ ਔਰ 7 ਜਨਵਰੀ ਗੁਰੂ ਨਾਨਕ ਸਟੇਡੀਅਮ ਕਪੂਰਥਲੇ ਦੇ ਵਿੱਚ ਵੀ ਬੱਲੇ ਬੱਲੇ ਹੋਏ ਹੈ ਤਾਂ ਵੀ ਆਓ ਮਨਜੋਤ ਦੀ ਕਬੱਡੀ ਪੈਂਦੀ ਖੇਡ ਮੈਦਾਨ ਦੇ ਵਿੱਚ। ਲਓ ਮਨਜੋਤ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਮੇਰੇ ਵੀਰੋ। ਲਓ ਸਾਹਮਣੇ ਹਲਕਾ ਜਿਹਾ ਟੱਚ ਕੀਤਾ ਜਾਗੇ ਨੂੰ ਔਰ ਇਹ ਪੁਆਇੰਟ ਵੇਖਦੇ ਵੀ ਫਿਰ ਮਨਜੋਤ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ। ਵੱਖਰਾ ਨਜ਼ਾਰਾ ਯਾਰੋ ਦੋਨੋਂ ਟੀਮਾਂ ਦੇ ਖਿਡਾਰੀਆਂ ਦੇ ਵਿੱਚ ਚੱਲਦੇ ਹੋਏ ਮੈਚ ਦਾ ਜਿਹੜਾ ਆ ਰਿਹਾ ਹੈ, ਦਰਸ਼ਕ ਖੁਸ਼ ਨੇ, ਦੁਨੀਆ ਟਕੋ ਟਕੀ ਖੜੀ ਹੋਈ ਪਈ ਹੈ। ਕੈਮਰੇ ਕਹਿੰਦੇ ਵੀ 365 ਵਾਲੇ ਦੇ ਵੀ ਫੋਕਸ ਹੋਏ ਪਏ ਨੇ, ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਮੇਰੇ ਵੀਰੋ। ਇੱਕ ਪਲ ਨੇ ਸਾਂਝ ਹੈ ਜ਼ਿੰਦਗੀ ਦੀ। ਲਓ ਸਾਹਮਣੇ ਵੇਖਦੇ ਵੀ ਹਾਂਜੀ ਜੀ 500 ਰੁਪਈਆ ਨਿਕਾ ਇਟਲੀ ਤੇ 200 ਰੁਪਈਆ ਮਹਾਂਪੁਰਸ਼ਾਂ ਵੱਲੋਂ ਆ ਰੇਟ ਦੇ ਉੱਪਰ ਬੱਲੇ ਉਹ ਬੱਲੇ ਬੱਲੇ ਹੋਈ ਪਈ ਹੈ। ਹੈਪੀ ਬਿਜਲੀ ਤੇ ਤਾਜ਼ਾ ਕਾਲੇ ਸੰਗਿਆਂ ਦਾ ਕਰਾਉਂਦਾ ਬੱਲੇ ਬੱਲੇ, ਪਰ 500 ਤੇ 200 700 ਰੁਪਈਆ ਗੁਰਤਾਜ
ਜਿਹੜਾ ਤੇ ਉਧਰਲੇ ਪਾਸੇ ਹੁਣ ਕਬੱਡੀ ਔਰ ਰਾਜੂ ਨੇ ਪਾਈ ਹੋਈ ਆ ਔਰ ਦੇਖਾਂਗੇ ਵੀ ਖੁਸ਼ਦੀਪ ਤੇ ਜੱਗਾ ਹੁਣ ਕਹਿੰਦੇ ਵੀ ਦੋ ਨੰਬਰ ਦੇ ਉੱਪਰ ਆ ਪੂਰਾ ਸਿਰਾ ਹੋਇਆ ਪਿਆ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਪਰ ਨੰਬਰ ਜਿਹੜਾ ਆਹ ਰਾਜੂ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਗਿਆ ਗੁਰਪ੍ਰੀਤ ਸਿੰਘ ਮੋਨੂ ਦੀ ਕਬੱਡੀ ਆ ਗੱਲ ਕਰਿਓ ਇਸ ਨੌਜਵਾਨ ਦੀ ਲਾ ਮੋਨੂ ਸਮਤਰ ਦੀਆਂ ਕਾਤਾ ਗੱਲ ਚੌੜੀ ਛਾਤੀ ਹੈ ਤੈਰਦੀਆਂ ਹੋਈਆਂ ਮਛਲੀਆਂ ਮੇਰੇ ਵੀਰੇ ਬਾਹਾਂ ਦੇ ਵਿੱਚ ਨਜ਼ਰ ਆ ਰਹੀ ਹੈ ਲੈ ਚਾਰ ਜਾਫੀਆਂ ਦੇ ਵਿੱਚੋਂ ਹੁਣ ਕੀ ਕੀ ਵਿਉਂਤਬੰਦੀ ਬਣਾਈ ਹੈ ਵੀ ਕਿਹੜਾ ਦੋ ਨੰਬਰ ਤੋਂ ਲੱਗਦਾ ਜੋਤ ਰਾਮਗੜ੍ਹ ਸਰਦਾਰਾ ਪਿੰਡ ਦਾ ਮੇਰੇ ਵੀਰੋ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਜ਼ਿਲ੍ਹੇ ਲੁਧਿਆਣੇ ਦਾ ਬੜਾ ਮਸ਼ਹੂਰ ਪਿੰਡ ਹੈ ਲਓ ਸਾਹਮਣੇ ਵੇਖਦੇ ਵੀ ਪਾਰਾ ਪੁਆਇੰਟ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਦੀ ਜਤਿੰਦਰ ਸਿੰਘ ਜਾਲ ਉਹਨਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਿ ਮੂਰੇ ਅੜ ਕੇ ਹੌਸਲਾ ਕਰਕੇ ਇਹਨੂੰ ਕਹਿੰਦੇ ਨੇ ਵੀ ਗੱਲ ਸਮੇਂ ਤੇ ਢੁੱਕਣੀ ਚਾਹੀਦੀ ਹੈ ਲਓ ਸਾਹਮਣੇ ਮੇਰੇ ਵੀਰੋ ਹੁਣ ਵੇਖਦੇ ਵੀ ਕੌਣ ਮੂਰੇ ਹੁੰਦਾ ਹੈ ਚਿੱਟੀ ਵਾਲੇ ਜੱਗੇ ਦਾ ਵੀ ਵੱਡਾ ਨਾਂ ਹੈ ਪਰ ਆਹ ਵੇਖਦੇ ਵੀ ਭਿੰਡਰਾ ਵਾਲਾ ਕਦੀ ਕੋਸ਼ਿਸ਼ ਕਰਦਾ ਮੇਰੇ ਵੀਰੋ ਕਦੀ ਕਹਿੰਦੇ ਵੀ ਤੁੱਗਾ ਵਾਲਾ ਕਦੀ ਜਖੇਪਲ ਵਾਲੇ ਦੀ ਗੱਲ ਹੈ ਇਹ ਤੇ ਸਮੇਂ ਦੀਆਂ ਬਾਤਾਂ ਨੇ ਕਦੀ ਬਲਵਿੰਦਰ ਸਿੰਘ ਕਾਕੇ ਕਾਰੀ ਸਾਰੀ ਨੇ ਜਿਹੜਾ ਨਾਮ ਖੇਡ ਕਬੱਡੀ ਦੇ ਵਿੱਚ ਤੁਹਾਡੇ ਇਹਨਾਂ ਨਗਰਾਂ ਦਾ ਕੀਤਾ ਹੈ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਮੇਰੇ ਵੀਰੋ ਕਦੇ ਭੁੱਲਿਆ ਨਹੀਂ ਜਾ ਸਕਦਾ ਲਓ ਸਾਹਮਣੇ ਫਿਰ ਉੱਠੋ ਨੌਜਵਾਨਾ ਆਓ ਵੇਖ ਤੇਰੇ ਪਾਰੇ ਦੀ ਸਰਹੱਦ ਪਾਰ ਕਰਦਾ ਹੋਇਆ ਗੱਭਰੂ ਪੁਆਇੰਟ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਦਾ ਨਸਰਾਲੇ ਵਾਲੇ ਲੱਕੀ ਨੂੰ ਵੀ 200 ਦੇ ਮਾਣ ਮਹਾਂਪੁਰਸ਼ਾਂ ਵੱਲੋਂ ਪੁੱਜੇ ਆ 500 ਰੁਪਈਆ ਸੋਨੀ ਵੀਰ ਵੱਲੋਂ ਅਤੇ ਰਣਜੀਤ ਵੱਲੋਂ ਹੈ ਤੇ ਨਾਲ ਪ੍ਰਦੀਪ USA ਉਹਨੇ ਵੀ 500 ਪੁੱਜਦਾ ਕਰ ਦਿੱਤਾ ਉਹ ਚਿੱਟੀ ਵਾਲਾ ਕਰਦਾ ਪਿਆ ਕਮਾਲ ਤੇ ਰਾਜੂ ਆਪਣੀ ਟੀਮ ਦੇ ਖਾਤੇ ਨੰਬਰ ਜੁੜ ਗਿਆ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਐਲਾਨ ਕਰਦੇ ਆ ਕਿ ਦੋਨਾਂ ਟੀਮਾਂ ਦੇ ਜਾਫੀ ਨੋਟ ਕਰ ਲਓ ਜਿਹੜਾ ਤਿੰਨ ਜਫੇ ਲਾਊ ਰਹਿੰਦੇ ਮੈਚ ਦੇ ਵਿੱਚ 1000 ਰੁਪਈਆ ਇਹ ਮਾਣ ਦਿੱਤਾ ਜਾਣਾ ਮੇਰੇ ਵੀਰੋ ਆਲਮਗੀਰ ਗੱਲ ਉਹ ਬਣ ਗਈ ਵੀ ਜਿਵੇਂ ਛੰਨਾ ਭਰਿਆ ਹੋਇਆ ਦੁੱਧ ਤੇ ਹਥੇਲੀ ਦੇ ਰੱਖ ਲਈਏ ਨਾ ਛੰਨਾ ਭਰਿਆ ਹੋਇਆ ਪੈਰ ਇੱਧਰ ਹੋ ਗਿਆ ਇੱਧਰ ਛਲਕ ਜਾਣਾ ਹੈ ਪੈਰ ਇੱਧਰ ਹੋ ਗਿਆ ਇੱਧਰ ਮੇਰੇ ਮਿੱਤਰੋ ਖਤਰੇ ਵਾਲੀ ਗੱਲ ਹੈ ਕਿ ਮੈਚ ਹੁਣ ਪੂਰਾ ਨਾਪ ਤੋਲ ਕਰ ਲਿਓ ਵੀ ਬਰਾਬਰ ਚੱਲਦਾ ਹੈ ਹੁਣ ਸਾਹਮਣੇ ਵੇਖਦੇ ਵੀ ਜੌਂਟੀ ਕਲਸੀਆਂ ਵਾਲਾ ਡੱਕ ਪਾਊਗਾ ਖੁਰਾਕਾਂ ਨਾਲੇ ਜ਼ੋਰ ਮੱਲਦਾ ਪਤਾ ਤਾਂ ਯਾਰੋ ਵਿੱਚ ਮੈਦਾਨ ਚੱਲਦਾ ਪਤਾ ਤਾਂ ਯਾਰੋ ਵਿੱਚ ਮੈਦਾਨ ਚੱਲਦਾ ਆਓ ਸੁਰਿੰਦਰ ਮਾਨਕ ਜੈਲੇ ਕੋਪਰੇ ਵੱਲੋਂ ਤੇ ਨਾਲ ਲਾਲਾ ਸਾਡਾ ਵੀਰ ਉਹਨਾਂ ਵੱਲੋਂ 1500 ਤੇ ਮਹਾਂਪੁਰਸ਼ਾਂ ਵੱਲੋਂ 200 ਦੇ ਮਾਣ ਹੈ ਉਹ ਦੇਖਾਂਗੇ ਵੀ ਖੁਸ਼ਦੀਪ ਮੱਲੇ 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 ਤਾੜੀ ਮਾਰ ਦਿਓ ਨੰਬਰ ਕਿਹਦਾ ਮੱਲੀ ਸਾਹਿਬ ਆਹ ਮਦਨ ਗੋਪਾਲ ਜੀ ਜਗਤਾਰ ਧਨੌਲਾ ਜੀ ਨਾਪ ਤੋਲ ਕੇ ਫੈਸਲਾ ਕਰਨਗੇ GN ਐਜੂਕੇਸ਼ਨ ਗਰੁੱਪ ਵੱਲੋਂ ਬਿਜਲੀ ਜਿੰਨੇ ਜਫੇ ਲਾਵੇ ਉਹਨੇ 100-100 ਰੁਪਈਏ ਦੇ ਮਾਨ ਸਨਮਾਨ ਨੇ ਜਿਹੜੇ ਦਿੱਤੇ ਜਾਣਗੇ ਹਲਕੀ ਜੀ ਨੋਕ ਝੋਕ ਹੈ ਅਪੀਲ ਕਰ ਰਹੇ ਨੇ ਪਲੇਅਰ ਇਸ ਸਮੇਂ ਨਹੀਂ ਨਹੀਂ ਉਹ ਕਲੀਅਰ ਕਰ ਦੇਣਗੇ ਫਿਰ ਉਸ ਤੋਂ ਬਾਅਦ ਨੋਟ ਕਰ ਲਿਓ ਜੀ ਮੱਲੀ ਸਾਹਿਬ ਨੇ ਜਿਹੜੇ ਇਸ਼ਾਰਾ ਕਰਨਗੇ ਕਿ ਪੁਆਇੰਟ ਕਿਸ ਟੀਮ ਦੇ ਹਿੱਸੇ ਜੁੜੇਗਾ ਉੱਤੇ ਵੇਟ ਕਰ ਰਹੇ ਹਾਂ ਆਪਾਂ ਕਿਉਂਕਿ ਥੋੜ੍ਹਾ ਅੰਧੇਰਾ ਵੀ ਹੈ ਪਰ ਹੁਣ ਸਮਾਂ ਜਿਹੜਾ ਟੈਕਨੋਲੋਜੀ ਦਾ ਯੁੱਗ ਹੈ ਲਾਈਟਾਂ ਲੱਗੀਆਂ ਹੋਈਆਂ ਨੇ ਸਮਾਂ ਚੇਂਜ ਹੋ ਗਿਆ ਹੈ ਬਈ ਗੁਰਪ੍ਰੀਤ ਸਿੰਘ ਸਾਡੇ ਨਰਵੈਲ ਸਿੰਘ ਦੀ ਬੈਂਸ ਕਾਰੀ ਵਾਲੇ ਉਹਨਾਂ ਨੇ ਹੈਪੀ ਦਾ ਜਫਾ 500 ਦਾ ਹੈ ਸਾਡੇ ਮੋਹਨ ਸਿੰਘ ਜੀ ਨਸਰਾਲੇ ਵਾਲਿਆਂ ਦਾ 500 ਪ੍ਰਦੀਪ USA ਵਾਲਿਆਂ ਵੱਲੋਂ 1000 ਦਾ ਹੋਣਾ ਨੌਜਵਾਨ 2000 ਕਿਉਂ ਖਿੰਦ ਪ੍ਰਧਾਨ ਖੜੇ ਸਾਰੇ ਮੈਂਬਰ ਅਤੇ ਕਮੇਟੀ ਜੇ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਕਹੇ ਮੱਖਣ ਵਰਾੜਾਂ ਦਾ ਛੱਡ ਦਿਓ ਨਸ਼ੇ ਵਾਸਤੇ ਪਾ ਕੇ ਲਓ ਮੱਖਣ ਬਰਾੜ ਦੀਆਂ ਲਿਖੀਆਂ ਹੋਈਆਂ ਲਾਈਨਾਂ ਮੇਰੇ ਵੀਰੋ ਇਹ ਤੇ ਸਮੇਂ ਦੀਆਂ ਬਾਤਾਂ ਨੇ ਜਦੋਂ ਲਾਭ ਹੀਰੇ ਨੇ ਗਾਇਆ ਹੈ ਬੜਾ ਵਧੀਆ ਗੀਤ ਲਿਖਿਆ ਗਿਆ ਕਿ ਮੁੰਡੇ ਕੌਡੀ ਖੇਡਣ ਵੀ ਖੇਡਣ ਵਿੱਚ ਅਖਾੜਿਆ ਆ ਕੇ ਚਿਹਰੇ ਫੱਬਦੇ ਸ਼ੇਰਾਂ ਦੇ ਰੱਖ ਦੇ ਡੌਲਿਆਂ ਨੂੰ ਲਿਸ਼ਕਾ ਕੇ ਦੁਨੀਆ ਪਹੁੰਚੀ ਜਾਂਦੀ ਏ ਦੂਰੋਂ ਨੇੜਿਓਂ ਹੁੰਭ ਹੰਭਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਹਾਂਜੀ ਬਈ ਆਹ ਪੁਆਇੰਟ ਹੋਲਡ ਕੀਤਾ ਜਾਵੇਗਾ ਸਾਡੇ ਸੁਰਿੰਦਰਪਾਲ ਟੋਨੀ ਕਾਲਖ ਜੀ ਸਾਰੀ ਫੈਡਰੇਸ਼ਨ ਹੈ ਬਈ ਪੁਆਇੰਟ ਹੋਲਡ ਦਰਸ਼ਕ ਵੀਰੋ ਮਾਹੌਲ ਠੰਡਾ ਹੋ ਗਿਆ ਇੱਕ ਵਾਰ ਰੌਲਾ ਜਿਹਾ ਪਾ ਦਿਓ ਲਓ ਪੁਆਇੰਟ ਹੋਲਡ ਕੀਤਾ ਗਿਆ ਉਸ ਤੋਂ ਬਾਅਦ ਫਿਰ ਕਬੱਡੀ ਪੈ ਗਈ ਹੈ ਮੇਰੇ ਵੀਰੋ ਲਓ ਸਾਹਮਣੇ ਵੇਖਦੇ ਵੀ ਪਈ ਕਬੱਡੀ ਤੇ ਚਾਰ ਜਾਫੀ ਵੱਧ ਚੱਲੇ ਨੇ
ਕਾਡਰਾਂ ਵਰਗੇ ਧਾਵੀ ਜਿਸ ਨੇ ਡੱਕੇ ਹੁੰਦੇ ਨੇ, ਜਿੰਦਿਆਂ ਵਰਗੇ ਜੱਫੇ ਜਿਸ ਨੇ ਪੱਟੇ ਹੁੰਦੇ ਨੇ, ਮਾਣ ਬਖਸ਼ਦੇ ਲੋਕੀ ਮੋਟਰਸਾਈਕਲ ਕਾਰਾਂ ਦਾ ਰਾਜ ਲਹਿੜੀ, ਮੁਸ਼ਕਲ ਦੇ ਨਾਲ ਮਿਲਦਾ ਯਾਰੋ ਮਾਣ ਸਟਾਰਾਂ ਦਾ, ਮੁਸ਼ਕਲ ਦੇ ਨਾਲ ਮਿਲਦਾ ਯਾਰੋ ਮਾਣ ਸਟਾਰਾਂ ਦਾ। ਸਟਾਰਾਂ ਦੀ ਗੱਲ ਲਓ ਸਾਹਮਣੇ, ਸਟਾਰਾਂ ਦੀ ਧਰਤੀ ਤੇ ਸਟਾਰ ਪੁੱਜੇ ਹੋਏ ਨੇ, ਲਓ ਸਾਹਮਣੇ ਵੇਖਦੇ ਵੀ ਬਾਹੋ ਬਲਿਹਾਰੇ ਜਾਈਏ। ਮੁੰਡਾ ਬਿਜਲੀ ਬੋਰਡ ਦੇ ਕਰੰਟ ਵਾਂਗੂ ਚਿੰਬੜਦਾ ਜਾ ਰਿਹਾ, ਹੰਦੇ ਦੂਰ ਨੇ। ਹੁਣ ਵੇਖੋ ਆਲਮਗੀਰ ਜੀ, ਦੱਸੋ ਜਰਾ ਰਾਜੂ ਰਾਜੂ ਦੇ ਨਾਲ ਤਾੜੀਆਂ ਮਾਰ ਦਿਓ। ਜਖੇਪਲ ਵਾਲੇ ਨੇ 500 ਸੋਨੀ ਤੇ ਰਣਜੀਤ ਵੱਲੋਂ, 200 ਰੁਪਇਆ ਮਹਾਂਪੁਰਸ਼ਾਂ ਵੱਲੋਂ ਤੇ 500 ਪ੍ਰਦੀਪ ਯੂਐਸ ਵੱਲੋਂ। ਕਾਲਮਾ ਵਾਲਿਆ ਆ ਫੜੀ 1200 ਰੁਪਇਆ ਰਾਜੂ ਦਾ, ਇਹ ਰਾਜੂ ਦਾ ਮਾਨ ਸਨਮਾਨ। ਤੇ ਉਧਰਲੇ ਪਾਸੇ ਇੱਕ ਕੰਮ ਉਹ ਜੈਨੂ ਜੈਨੂ ਲੱਕੀ ਦੀ ਖੇਡ ਵਧੀਆ ਲੱਗੀ, ਤਾੜੀ ਖੁੱਲ ਗਏ ਨਸਰਾਲੇ ਵਾਲਾ ਵਾਹ। ਉਹ ਭਲਵਾਨਾ ਗੁਆਂਢ ਪਿੰਡ ਦਾ ਨੌਜਵਾਨ ਹੱਥ ਕਰੀ ਜਾ ਰਿਹਾ ਹੈ। ਲਓ ਸਾਹਮਣੇ ਮਨਜੋਤ, ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ। ਸੱਚੇ ਪਾਤਸ਼ਾਹ ਦੀ ਮਿਹਰ ਆ ਇਸ ਨੌਜਵਾਨ ਦੇ ਉੱਤੇ। ਲਓ ਜੱਟ ਫਿਰ ਖੁਸ਼ੀ ਮੇਰੇ ਵੀਰੋ, ਜੱਗ ਜੇ ਤੂੰ ਮੱਲ ਕਹਿੰਦੇ ਆ ਇਸ ਨੂੰ। ਸਾਹਮਣੇ ਹੁਣ ਵੇਖਦੇ ਵੀ ਵਾਹ, ਖੇਡ ਮੈਦਾਨ ਦੇ ਵਿੱਚ ਬੱਲੇ 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 ਹੁੰਦੀ ਖੇਡ ਮੈਦਾਨ ਦੇ ਵਿੱਚ, ਤਾੜੀ ਖੁੱਲ ਗਏ ਬਾਈ। ਬੇਰ ਕਲਾਂ ਵਾਲਿਆ 15 ਤਰੀਕ ਨੂੰ ਹਵੀਰ ਸਟੇਡੀਅਮ ਡਬਈ ਦੇ ਵਿੱਚ, ਕਹਿੰਦੇ ਵੀ ਗਿੱਲਾਂ ਦੇ ਮੁੰਡੇ ਨੇ ਬੈਸਟ ਜਾਫੀ ਹੋ ਕੇ ਆਈਫੋਨ 8 ਜਿੱਤਿਆ। ਤੇ ਇਧਰਲੇ ਪਾਸੇ ਮਹਾਂਪੁਰਸ਼ਾਂ ਵੱਲੋਂ ਮਨਜੋਤ ਨੂੰ 500, ਪ੍ਰਦੀਪ ਯੂਐਸਏ ਵੱਲੋਂ 500, ਸੋਨੀ ਨਿਊਜ਼ੀਲੈਂਡ ਤੇ ਰਣਜੀਤ ਵੱਲੋਂ 500 ਮਾਣ। ਲਓ ਖੂਰ ਵਾਲਾ ਵੀ ਮੇਰੇ ਵੀਰੋ ਅੱਤ ਕਰਦਾ ਹੋਇਆ, ਕੋਸ਼ਿਸ਼ ਨੌਜਵਾਨ ਦੀ ਪਰ ਸਫਲਤਾ ਕਦਮ ਚੁੰਮ ਗਈ ਇਸ ਨੌਜਵਾਨ ਖਿਡਾਰੀ ਦੇ। ਮੁਕਾਬਲਾ ਮੇਰੇ ਵੀਰੋ ਐਨ ਕਹਿੰਦੇ ਵੀ ਜਿਹਨੂੰ ਕਹਿੰਦੇ ਹੁੰਦੇ ਆ ਸਿਰਾ ਲੱਗ ਗਿਆ, ਪੰਜਾਬੀ 'ਚ ਕਹਿ ਲਈਏ ਠੇਠ ਪੰਜਾਬੀ ਦੇ ਵਿੱਚ। ਲਓ ਸਾਹਮਣੇ ਪਈ ਹੋਈ ਕਬੱਡੀ, ਮਦਨ ਗੋਪਾਲ ਕਹਿੰਦਾ ਵੀ ਹੁਣ ਜ਼ਰਾ ਪਾਸੇ ਹਟ ਜਾਓ, ਹੁਣ ਹਿੱਕਾ ਭਿੜਨ ਦਿਓ, ਹੁਣ ਗੁੱਟ ਫੜ ਕੇ ਕੈਂਚੀਆਂ ਵੱਜਣ ਦਿਓ, ਗੱਲ ਸਵਾਦ ਦੀ ਸਵਾਦ ਦੀ ਹੋਣ ਦਿਓ ਕਿ ਗੋਲ ਜਿਹੇ ਦਾਇਰੇ ਵਿੱਚ ਹੰਧੇ ਤੋਂ ਦਿਸਦੇ ਚੜ ਜਾਂਦਾ ਚਾ ਜਦ ਖਿਡਾਰੀ ਵਿੱਚ ਦਿਸਦੇ। ਜਾਈਏ ਬਲਿਹਾਰੇ ਜਿਹਨੇ ਕਾਢੀ ਕਰਦਾ ਸੋਨੀ ਨਿਊਜ਼ੀਲੈਂਡ ਵੱਲੋਂ ਵੀ 200 ਦੇ ਮਾਣ ਪੁੱਜੇ ਆ। ਔਰ ਨਸਰਾਲੇ ਲੱਕੀ ਆ ਖੇਡ ਮੈਦਾਨ ਦੇ ਵਿੱਚ, ਜੌਂਟੀ ਕਲਸੀਆਂ ਵਾਲਾ ਪਰਲੀ ਕੰਨੀ ਦੇ ਆ ਕੇਸ਼ੀ ਬਰੜਵਾਲ ਦੀ ਧਰਤੀ ਦਾ। ਹੈਪੀ ਬਿਜਲੀ ਹੈਪੀ ਬਿਜਲੀ ਲਾਉ ਜਫਾ ਨਰਵੈਲ ਸਿੰਘ ਪ੍ਰਧਾਨ 500, ਪ੍ਰਦੀਪ ਯੂਐਸਏ 1000, ਬੱਲੇ ਬੱਲੇ ਤੇ ਸੋਨੀ ਤੇ ਰਣਜੀਤ ਕਰਨਗੇ ਮਾਣ, ਪਰ ਜਫਾ ਨਹੀਂ ਲੱਗ ਸਕਿਆ। ਇਹ ਕਹਿੰਦੇ ਆ ਕਿ ਜਣੇ ਖੜੇ ਦੇ ਵੱਸਦਾ ਨਹੀਂ ਉਹ ਕੰਮ ਕਬੱਡੀ ਦਾ, ਸ਼ੇਰਾਂ ਵਰਗਾ ਰੱਖਣਾ ਪੈਂਦਾ ਦਮ ਕਬੱਡੀ ਦਾ, ਸਿੱਖ ਲੈ ਰਾਜੇ ਉਸਤਾਦਾਂ ਕੋਲੋਂ ਭੇਦ ਕਬੱਡੀ ਦੇ। ਜੋਸ਼ ਜਾਨ ਤੇ ਫੁਰਤੀ ਨੇ ਦਾ ਪੇਜ ਕਬੱਡੀ ਦੇ, ਜੋਸ਼ ਜਾਨ ਤੇ ਫੁਰਤੀ ਨੇ ਦਾ ਪੇਜ ਕਬੱਡੀ ਦੇ। ਦਾ ਹੁਸ਼ਿਆਰੀ ਮੇਰੇ ਵੀਰੋ, ਲਓ ਸਾਹਮਣੇ ਵੇਖਦੇ ਵੀ ਬਰੜਵਾਲ ਵਾਲਾ ਕੇਸੀ ਕੋਸ਼ਿਸ਼ ਕਰਦਾ ਹੋਇਆ ਰਾਜੂ ਨੂੰ ਡੱਕਣ ਦੀ, ਪਰ ਸਫਲਤਾ ਕਦਮ ਚੁੰਮਦੀ ਹੋਈ ਇਸ ਨੌਜਵਾਨ ਖਿਡਾਰੀ ਦੇ। ਇੱਕ ਇੱਕ ਕਬੱਡੀ ਲੱਖ ਲੱਖ ਦੀ ਲੈ ਵੀ ਆਲਮਗੀਰ, ਹੁਣ ਦੱਸ ਜਰਾ ਨੌਜਵਾਨ ਕਬੱਡੀ ਪਾਉਣ ਉਡੋਵਾਲ ਦੀ ਧਰਤੀ ਦਾ ਪਰਲੀ ਕਨੀ ਤੇ ਕਿਉਂ ਨੌਜਵਾਨ, ਕਹਿੰਦੇ ਵੀ ਜੌਂਟੀ ਆ ਕਲਸੀਆਂ ਵਾਲਾ, ਇੱਕ ਪਾਸੇ ਇੱਕ ਮਹਠੂਰ ਦੀ ਧਰਤੀ ਦਾ ਤੇ ਨਾਲ ਹਨੀ ਆ, ਤੇ ਉਧਰਲੇ ਪਾਸੇ ਡਬਲ ਟੱਚ ਦਾ ਇਸ਼ਾਰਾ ਜਗਤਾਰ ਧਨੌਲਾ ਜੀ ਕਰਦੇ ਆ ਬਈ ਨੰਬਰ ਜਿਹੜਾ NRI ਕਬੱਡੀ ਕਲੱਬ ਦੀ ਟੀਮ ਦਾ। ਅਗਲੀ ਕਬੱਡੀ ਆ ਮਨਜੋਤ ਦੀ ਆ, ਇੱਕ ਪਾਸੇ ਕਬੱਡੀ ਦਾ ਹੈ, ਦੂਸਰੇ ਪਾਸੇ ਜੱਗਾ ਕਹਿੰਦੇ ਵੀ ਚਿੱਟੀ ਵਾਲਾ ਅੱਜ ਬੱਲੇ ਬੱਲੇ ਹੋਈ ਪਈ ਹੈ, ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਵਾਕਈ ਬੱਲੇ ਬੱਲੇ ਆ। ਮਨਜੋਤ ਹੈ ਕਿਹਨੂੰ ਟੱਚ ਵੱਜਦਾ, ਦਰਸ਼ਕ ਦੇਖਦੇ ਆ ਵੀ ਵਾਕਈ ਕਬੱਡੀ ਦਾ ਸਿਰ ਆ। ਉਹ ਜੱਗਾ ਜੱਗਾ ਚਿੱਟੀ ਵਾਲਾ ਉਹ ਤਾੜੀ ਖੁੱਲ ਗਏ, 200 ਜੱਗੇ ਲਈ ਮਹਾਂਪੁਰਸ਼ਾਂ ਵੱਲੋਂ ਹੈ, 500 ਪ੍ਰਦੀਪ ਯੂਐਸਏ, 500 ਸੋਨੀ ਵੱਲੋਂ ਤੇ ਰਣਜੀਤ ਵੱਲੋਂ ਹੈ। ਇਹ 1200 ਬੋਲਿਆ ਆ ਫੜੀ ਵੀ 1200 ਦੇ ਮਾਨ ਸਨਮਾਨ। ਜਿੰਦਰੀ ਮਨੀਲਾ
ਸਾਡਾ ਵੀਰ ਹੈ ਉੱਥੇ ਕੁੱਕਾ ਇਟਲੀ ਸਨੀ ਬਾਬਾ ਤੇ ਨਾਲ ਜਗਦੀਪ ਮਨਾਈਆਂ ਧੰਨਵਾਦ ਉਧਰਲੇ ਪਾਸੇ ਬੱਲੇ ਬੱਲੇ ਆ ਬੱਲੇ ਬੱਲੇ ਆ ਅੱਜ ਸਾਰੀ ਦੇ ਵਿੱਚ ਬੱਲੇ ਬੱਲੇ ਆ ਬੜੀ ਤੇਜ਼ੀ ਦੇ ਨਾਲ ਬੜੇ ਹੌਸਲੇ ਦੇ ਨਾਲ ਨੌਜਵਾਨ ਨੇ ਟੱਚ ਕੀਤਾ ਗੱਲ ਮੇਰਾ ਖਿਆਲ ਆ ਵੀ 5 ਸੈਕਿੰਡ 'ਚ ਮੁੱਕ ਗਈ ਹੈ ਲਓ ਸਾਹਮਣੇ ਮੇਰੇ ਵੀਰੂ ਰਾਜੂ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਗਾਡਰ ਵਰਗਾ ਧਾਵੀ ਹੈ ਨੌਜਵਾਨ ਦਾ ਕੱਦ ਬੁੱਤ ਸਰੀਰ ਦੀ ਦਿੱਖ ਵੇਖਦੇ ਆ ਭੁੱਖ ਲੱਥਦੀ ਹੈ ਪਰ ਸਾਹਮਣੇ ਮੇਰੇ ਵੀਰੋ ਚਿੱਟੀ ਵਾਲਾ ਜੱਗਾ ਫਿਰ ਕੋਸ਼ਿਸ਼ ਕਰਦਾ ਹੋਇਆ ਪਰ ਆਹ ਪੁਆਇੰਟ ਵੇਖਦੇ ਵੀ ਫਿਰ ਇਸ ਸਮੇਂ ਰਾਜੂ ਕੋਟਲੇ ਭੜੀ ਵਾਲਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਿ ਖਾਧੇ ਨੇ ਬਦਾਮ ਜੀ ਨੇ ਮੰਗਲਾ ਫਿਰ ਉਸੇ ਨੇ ਹੀ ਗੋਡੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਕਿ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਲਾ ਤਾਜਾ ਫਿਰ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਲਾ ਹਠੂਰ ਦਾ ਇਹ ਕੰਮ ਪਾ ਭਲਿਹਾਰੇ ਜਾਈਏ ਦੋਨੋਂ 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 ਸਟਾਰ ਮੇਰੇ ਵੀਰੋ ਕਿ ਫਸ ਗਈ ਜਾਨ ਸਕੰਜੇ ਅੰਦਰ ਜੋ ਵੇਲਣ ਵਿੱਚ ਗੰਨਾ ਕਿ ਰਾਹ ਨੂੰ ਕਹੇ ਹੁਣ ਰਹਿ ਮੁਹੰਮਦ ਜੇ ਰਮੇ ਤਮੰਨਾ ਰਾਹ ਨੂੰ ਕਹੇ ਹੁਣ ਰਹਿ ਮੁਹੰਮਦ ਜਿੱਥੇ ਲਾਲੇ ਵੱਲੋਂ ਸਾਡੇ ਸੁਰਿੰਦਰ ਮਾਨਕ ਵੱਲੋਂ ਅੱਜ ਕਿਤੇ ਵੀ ਕੋਪਰੇ ਵੱਲੋਂ ਵੱਡੇ ਮਾਣ ਹੈ ਉੱਥੇ ਫੜੀ ਵੀ ਭਲਵਾਨਾ ਇਹ 500 ਸਾਡੇ ਪ੍ਰਦੀਪ USA ਨਾਲ ਕਹਿੰਦੇ ਵੀ ਮਹਾਂਪੁਰਸ਼ਾਂ ਵੱਲੋਂ ਇਹ ਇੱਕ ਵਾਸਤੇ ਮਾਨ ਸਨਮਾਨ ਪੁੱਜਿਆ ਤੇ ਸੋਨੀ ਨਿਊਜ਼ੀਲੈਂਡ ਤੇ ਰਣਜੀਤ ਸਾਡਾ ਵੀਰ USA ਉਹਦੇ ਪਾਸੇ ਗੱਲ ਕਬੱਡੀ ਦੀ ਓ ਕਬੱਡੀ ਦਾ ਪ੍ਰਿੰਸ ਉਹ ਗਿੱਲਾਂ ਦਾ ਜੱਟ ਕਰਦਾ ਕਮਾਲ ਉਹ ਬੱਲੇ ਉਹ ਬੱਲੇ ਉਹ ਬੱਲੇ ਉਹ ਤਾਲੀ ਖੁੱਲ ਗਏ ਮਾਰ ਦਿਓ ਸਵਾਦ ਹੈਗੇ ਹੈ ਪੁਆਇੰਟ ਦੀ ਜਿੱਤ ਹਾਰ ਤੋਂ ਬਾਅਦ ਦੋਨਾਂ ਨੇ ਪਿਆਰ ਵੀ ਵਿਖਾਇਆ ਵੀ ਪਿਆਰ ਵੀ ਬਰਕਰਾਰ ਹੈ ਲਓ ਸਾਹਮਣੇ ਜੋਸ਼ ਤੇ ਹੋਸ਼ ਦੀ ਗੱਲ ਮੇਰੇ ਵੀਰੋ ਜਵਾਨੀ ਦੇ ਪਹਿਰੇ ਦੀਆਂ ਗੱਲਾਂ ਨੇ ਲਓ ਇੱਕ ਕਹਿੰਦੇ ਵੀ ਬਲਵਿੰਦਰ ਸਿੰਘ ਕਾਕਾ ਸਮੇਂ ਸਾਡੇ ਇਸ ਮੰਚ ਤੇ ਇਸ ਗਰਾਊਂਡ ਦੇ ਲਾਗੇ ਨੇ ਇੱਕ ਬਲਵਿੰਦਰ ਸਿੰਘ ਦਾ ਮੇਰੇ ਵੀਰੋ ਭੀਮ ਦਾ ਸਪੁੱਤਰ ਖੇਡ ਰਿਹਾ ਹੈ ਇੱਕ ਬਲਵਿੰਦਰ ਸਿੰਘ ਫਿੱਡੇ ਦੀ ਗੱਲ ਹੈ ਇਹ ਬਲਵਿੰਦਰ ਸਿੰਘ ਨਾਮ ਦੇ ਬੜੇ ਚਰਚੇ ਰਹੇ ਨੇ ਕਬੱਡੀ ਦੇ ਵਿੱਚ ਰਹਿਣਗੇ ਲਓ ਸਾਹਮਣੇ ਫਿਰ ਇਸ਼ਾਰਾ ਕੀ ਹੋਇਆ ਬੇਰ ਕਲਾਮ ਵਾਲਿਆ ਮੈਚ ਦੀ ਸਮਾਪਤੀ ਹੈ ਤੇ ਦਰਸ਼ਕ ਜਾਂਦੇ ਜਾਂਦੇ ਇੱਕ ਵਾਰ ਰੌਲਾ ਦਿਲੋਂ ਪਾ ਦਿਓ ਦੋਸਤੋ ਇਹ ਮੈਚ ਤੁਸੀਂ ਦੇਖ ਹੀ ਲਿਆ ਇਸ ਮੈਚ ਦੇ ਵਿੱਚੋਂ ਨਕੋਦਰ ਦੀ ਟੀਮ ਵਿਨਰ ਰਹੀ ਹੈ ਨਕੋਦਰ ਦੇ ਰਹੇ ਨੇ 34 ਪੁਆਇੰਟ ਔਰ ਫਗਵਾੜਾ ਦੇ ਰਹੇ ਨੇ 32.5 ਪੁਆਇੰਟ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਮੈਚ ਦੇ ਵਿੱਚੋਂ ਬੈਸਟ ਰਹਿਣ ਵਾਲਾ ਰੇਟਰ ਹੈ ਰਾਜੂ ਕੋਟਲਾ ਪੜੀ ਔਰ ਬੈਸਟ ਰਹਿਣ ਵਾਲਾ ਜਾਫੀ ਜਿਹੜਾ ਹੈ ਉਹ ਰਿਹਾ ਏਕਮ ਹਠੂਰ ਦੋਸਤੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਯੂਟਿਊਬ ਚੈਨਲ 'ਤੇ ਅਵੇਲੇਬਲ ਨੇ ਉਹਨਾਂ ਨੂੰ ਦੇਖਣ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲ ਹੀ ਅਸੀਂ ਇੱਕ ਵੀਡੀਓ ਤੁਹਾਡੇ ਲਈ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਹੁਣੇ ਹੀ ਦੇਖ ਸਕਦੇ ਹੋ ਸਾਡੇ ਨਾਲ ਇਸੇ ਦਾ ਜੁੜਦੇ ਰਹੋ ਔਰ ਸਾਡੀਆਂ ਇਹਨਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ